ਹੈਲੋ ਨਮਸਤੇ ਆਦਾਬ ਸਸਚਾ ਕਾਲ ਦੋਸਤੋ ਮੈਂ ਜੀ ਤੁਹਾਡਾ ਸਾਰਿਆਂ ਦਾ ਸਾਹਿਲ ਵਿਡੋਲੀਆ ਤੇ ਦੋਸਤੋ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਜੀ ਤੁਹਾਡੇ ਆਪਣੇ ਫੇਵਰਿਟ ਸ਼ੋਅ ਵਿੱਚ ਨਾਮ ਅਜਿਹਾ ਪੀਟੀਸੀ ਸੁਪਰਸਟਾਰ ਦੋਸਤੋ ਅੱਜ ਇਸ ਸ਼ੋਅ ਦੇ ਵਿੱਚ ਹੋਣਗੇ ਜੀ ਇੱਕ ਐਸੇ ਸਟਾਰ ਕਲਾਕਾਰ ਜਿਨ੍ਹਾਂ ਦੀ ਮਖਮਲੀ ਆਵਾਜ਼ ਸਾਰਿਆਂ ਦੇ ਦਿਲਾਂ ਨੂੰ ਛੂ ਜਾਂਦੀ ਹੈ ਜੀ ਹਾਂ ਦੋਸਤੋ ਤੇ ਐਸੀ ਮਖਮਲੀ ਆਵਾਜ਼ ਉਹ ਪਰਮਾਤਮਾ ਕਿਸੇ ਕਿਸੇ ਨੂੰ ਹੀ ਦਿੰਦਾ ਹੈ ਇਸ ਮਖਮਲੀ ਆਵਾਜ਼ ਦੇ ਮਾਲਕ ਨੇ ਜੀ ਕੰਟ ਕਲੇਰ ਜੀ ਜੋਨੇ ਸਟੇਜ 'ਤੇ ਸ਼ੋਅ ਦੇ ਵਿੱਚ ਮੇਰੇ ਖਾਸ ਮਹਿਮਾਨ ਕਰਦੇ ਆ ਜੀ ਉਹਨਾਂ ਦਾ ਸਵਾਗਤ ਤੇ ਕਰਦੇ ਆ ਉਹਨਾਂ ਨਾਲ ਗੱਲਬਾਤ ਸਸਿਕਲ ਕੰਟ ਕਲੇਰ ਜੀ ਸਸਿਕਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆ ਮੈਨੂੰ ਬੁਲਾਇਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਵੈਰੀ ਗੁੱਡ ਕਿਆ ਮਤਲਬ ਫੱਟੇ ਚੱਕੀ ਜੰਨੇ ਕੰਟ ਕਲੇਰ ਜੀ ਜਿੰਨੀ ਤੁਹਾਡੀ ਆਪਾਂ ਤਾਰੀਫ਼ ਕਰੀਏ ਓਨੀ ਕੱਟ 18 ਸਾਲ ਹੋ ਚੁੱਕੇ ਨੇ ਮਾਲਕ ਦੀ ਕਿਰਪਾ ਜੀ ਕਿ ਹੁਣ ਤੱਕ ਜਿਹੜੇ ਸੁਣਨ ਵਾਲੇ ਆ ਚਾਹਣ ਵਾਲੇ ਆ ਉਹ ਪਿਆਰ ਕਰੀ ਜਾਂਦੇ ਤੇ ਆਪਾਂ ਫੱਟੇ ਚੱਕੀ ਜਾਂਦੇ ਆ ਸੋ ਬਾਜੀ 18 ਸਾਲ ਹੋ ਚੁੱਕ ਹਲੇ ਵੀ ਉਹੀ ਮਤਲਬ ਪਰਸਨੈਲਿਟੀ ਹਲੇ ਵੀ ਉਹੀ ਨੂਰ ਚਿਹਰੇ ਦੇ ਉੱਤੇ ਉਹ ਹਲੇ ਵੀ ਉਹੀ એનર્ਜੀ ਸੋ ਇਸ 18 ਸਾਲ ਦੀ ਜਰਨੀ ਦੇ ਬਾਰੇ ਇਸ ਪੂਰੇ ਸਫਰ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਹਾਂ ਜੀ ਇੱਕ ਤਾਂ ਇਹ ਆ ਕਿ ਮਾਲਕ ਦੀ ਬੜੀ ਰਹਿਮਤ ਆ ਕਿਰਪਾ ਆ ਕਿਰਪਾ ਦੇ ਨਾਲ ਹੀ ਸਾਰਾ ਕੁਝ ਹੁੰਦਾ ਦੂਜਾ ਇਹ ਕਿ ਤੁਹਾਡੀ ਸਿਹਤ ਜਿਹੜੀ ਉਹ ਠੀਕ ਹੋਣੀ ਚਾਹੀਦੀ ਹੈ ਫਿਰ ਤੁਸੀਂ ਕੰਮ ਕਰ ਸਕਦੇ ਹੋ ਤਾਂ ਮਾਲਕ ਦੀ ਕਿਰਪਾ ਨਾਲ ਸਿਹਤ ਵੀ ਠੀਕ ਠਾਕ ਆ ਸਰੋਤਿਆਂ ਦਾ ਪਿਆਰ ਸਤਿਕਾਰ ਮਿਲ ਰਿਹਾ ਜਦੋਂ ਸ਼ੁਰੂਆਤ ਕੀਤੀ ਸੀ 98 ਦੇ ਵਿੱਚ ਉਦੋਂ ਸੀ ਵੀ ਬੱਸਾਂ-ਬੱਸਾਂ 'ਚ ਜਾਣਾ ਪੈਂਦਾ ਸੀਗਾ ਤੇ ਹੌਲੀ-ਹੌਲੀ ਜਿਵੇਂ 1-2 ਟਿਪਾਂ ਆਈਆਂ ਫਿਰ ਮਰੂਤੀ ਕਾਰ ਆ ਗਈ ਫਿਰ 2-3 ਹੋਰ ਆਈਆਂ ਫਿਰ ਥੋੜੀ ਹੋਰ ਵੱਡੀ ਕਾਰ ਆ ਗਈ ਤੇ ਹੁਣ ਤੱਕ ਇਹ ਅੱਗੇ ਚੱਲੋ ਵੀ ਹੁਣ ਮਾਲਕ ਨੇ ਥੋੜੀ ਲਾਈਫ ਸੌਖੀ ਕਰ ਦਿੱਤੀ ਆ ਆਣਾ ਜਾਣਾ ਸੌਖਾ ਕਰ ਦਿੱਤਾ ਆ ਤੇ ਘਰ ਥੋੜਾ ਜਿਹਾ ਵੱਡਾ ਹੋ ਗਿਆ ਇੰਨਾ ਕੁ ਫਰਕ ਆ ਪਰ ਸਰੋਤਿਆਂ ਦਾ ਪਿਆਰ ਜਿਹੜਾ ਉਸੇ ਤਰ੍ਹਾਂ ਬਣਿਆ ਆ ਉਸੇ ਤਰ੍ਹਾਂ ਅਸੀਂ ਮਿਹਨਤ ਕਰਦੇ ਆ ਕਿ ਚੰਗਾ ਗਾਈਏ ਕਿਉਂਕਿ ਚੰਗਾ ਸਰੋਤੇ ਸੁਣਨਾ ਚਾਹੁੰਦੇ ਆ ਲੇਕਿਨ ਚੰਗਾ ਜਿਹੜਾ ਗਾਣਾ ਆ ਉਹ ਬਹੁਤ ਘੱਟ ਪਰੋਸਿਆ ਜਾਂਦਾ ਜਿੱਦਾਂ ਤਾਂ ਸਾਨੂੰ ਪਰੋਸਿਆ ਜਾਏਗਾ ਉਦਾਂ ਦਾ ਹੀ ਉਹ ਉਹਦਾ ਟੇਸਟ ਜਿਹੜਾ ਜ਼ਿਆਦਾ ਲੋਕ ਲੈਣਗੇ ਸੋ ਇੱਕ ਚੰਗਾ ਲੋਕ ਸੁਣਨਾ ਚਾਹੁੰਦੇ ਆ ਤੇ ਅਸੀਂ ਕੋਸ਼ਿਸ਼ ਕਰਦੇ ਆ ਕਿ ਚਲੋ ਮੇਰੀ ਇੱਕ ਇਮੇਜ ਵੀ ਇਦਾਂ ਦੀ ਬਣੀ ਆ ਕਿ ਜਿਹੜੇ ਮੇਰੇ ਕੋਲੋਂ ਗਾਣੇ ਲੋਕ ਚੰਗਾ ਹੀ ਸੁਣਨਾ ਚਾਹੁੰਦੇ ਆ ਤੇ ਮੈਂ ਕੋਸ਼ਿਸ਼ ਕਰਦਾ ਕਿ ਚੰਗੀ ਸ਼ਬਦਾਵਲੀ ਚੰਗਾ 뮤직 ਹੋਵੇ ਉਹ ਸਰੋਤਿਆਂ ਨੂੰ ਆ ਅੱਖਾਂ ਮੀਟ ਕੇ ਵੀ ਸੁਣ ਇੱਕ ਸਾਹ ਹੋ ਕੇ ਸੁਣ ਇਸ ਕਰਕੇ ਆਪਾਂ ਟਾਈਟਲ ਰੱਖਿਆ ਆ ਵੀ ਟੇਪ ਦਾ ਨਾਮ ਇੱਕ ਸਾਹ ਬਾਜੀ ਜਿਵੇਂ ਕਿ ਤੁਸੀਂ ਗੱਲ ਕੀਤੀ 18 ਸਾਲ ਦੇ ਵਿੱਚ ਚੇਂਜਸ ਆਏ ਚੇਂਜਸ ਦੇ ਬਾਰੇ ਤੁਸੀਂ ਜ਼ਿਕਰ ਕੀਤਾ ਪਰ ਤੁਹਾਨੂੰ ਕੀ ਲੱਗਦਾ ਕਿ ਐਜ਼ ਅ ਮਤਲਬ ਤੁਸੀਂ ਸਿੰਗਰ ਜਾਂ ਕਲਾਕਾਰ ਇੱਕ ਕਲਾਕਾਰ ਦੇ ਵਿੱਚ ਕਿਹੜੀਆਂ ਚੀਜ਼ਾਂ ਜੜੀਆਂ ਰਹਿਣੀਆਂ ਚਾਹੀਦੀਆਂ ਨੇ ਕਿਉਂਕਿ ਟਾਈਮ ਚੇਂਜ ਹੁੰਦਾ ਤੁਹਾਡੇ ਕੋਲ ਪੈਸਾ ਵੀ ਆਉਂਦਾ ਸ਼ੋਹਰਤ ਵੀ ਆਉਂਦਾ ਨਾਮ ਵੀ ਹੁੰਦਾ ਪਰ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਇੱਕ ਸੱਚੇ ਕਲਾਕਾਰ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਹਮਮ ਠੀਕ ਹੈ ਔਰ ਦੂਸਰਾ ਕੀ ਜੇ ਮਾਲਕ ਤੁਹਾਨੂੰ ਸ਼ੋਹਰਤ ਦੌਲਤ ਇੱਜ਼ਤ ਬਖਸ਼ਦਾ ਉਹਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹਮੇਸ਼ਾ ਔਰ ਮਿਹਨਤ ਨਹੀਂ ਛੱਡਣੀ ਚਾਹੀਦੀ ਕਿ ਪਰ ਇਹ ਹੁੰਦਾ ਕਿ ਚਲੋ ਹੁਣ ਹੋ ਗਿਆ ਵੀ ਕੈਸ਼ ਤਾਂ ਚੱਲ ਗਈਆਂ ਪ੍ਰੋਗਰਾਮ ਲੱਗ ਰਹੇ ਸ਼ੋਅ ਲੱਗ ਰਹੇ ਆ ਚਾਰੇ ਪਾਸਿਓਂ ਪੈਸਾ ਬੂਸਾ ਆ ਰਿਹਾ ਠੀਕ ਹੈ ਹੁਣ ਕੀ ਲੋੜ ਹੈ ਮਿਹਨਤ ਦੀ ਪਰ ਇਹ ਇਹ ਜਿਹੜੀ ਕਰਤਾ ਇਹਦੀ ਵਿਦਿਆ ਸਾਡਾ ਗਲਾ ਜਿਹੜਾ ਨਾ ਜਿੰਨਾ ਤੁਸੀਂ ਰਿਆਜ਼ ਕਰਦੇ ਰਹੋਗੇ ਉਹ ਚੱਲਦਾ ਰਹੇਗਾ ਜਦੋਂ ਰਿਆਜ਼ ਰਿਆਜ਼ ਬੰਦ ਕੀਤਾ ਭਾਵੇਂ ਵੱਡੇ ਤੋਂ ਵੱਡਾ ਕੋਈ ਵੀ ਸਿੰਗਰ ਜਦੋਂ ਤੁਸੀਂ ਰਿਆਜ਼ ਬੰਦ ਕਰਤਾ ਇਹ ਕਹਿਣਾ ਮੰਨਣੋਂ ਹਟ ਜਾਂਦਾ ਫਿਰ ਅਗੇ ਤੁਹਾਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਮਿਹਨਤ ਕਰਦੇ ਰਹੂਗੇ ਕੁਆਲਿਟੀ ਦਿੰਦੇ ਰਹੋਗੇ ਲੋਕਾਂ ਨੂੰ ਜਿਸ ਤਰ੍ਹਾਂ ਤਾਂ ਗਾਣਾ ਹੁਣ ਮੇਰੇ ਕੋਲ ਲੋਕ ਸੁਣਦੇ ਨੇ ਆਸ ਕਰਦੇ ਨੇ ਕਿ ਯਾਰ ਕੰਠ ਇਦਾਂ ਦੇ ਗੀਤ ਗਾਵੇ ਉਹਦੀ ਆਵਾਜ਼ ਚ ਆ ਸੋਜ਼ ਦਰਦ ਦੀ ਜਿਹੜਾ ਹੈ ਮੈਂ ਕਹਿੰਦਾ ਜਿਹੜੇ ਸੈਡ ਸੁਣਦੇ ਆ ਰੋਮਾਂਟਿਕ ਸੁਣਦੇ ਆ ਉਹ ਤਾਂ ਮੈਂ ਨਾਲ ਜੋੜਨੇ ਜੋੜਨੇ ਆ ਪਰ ਜਿਹੜੇ ਨਹੀਂ ਸੁਣਦੇ ਮੈਨੂੰ ਉਹਨਾਂ ਲਈ ਵੀ ਇੱਕ ਦੋ ਟਰੈਕ ਉਹਦਾਂ ਦੇ ਬਣਾਉਣੇ ਪੈਂਦੇ ਆ ਹਰ ਐਲਬਮ ਦੇ ਵਿੱਚ ਕਿ ਉਹ ਵੀ ਸਾਡੇ ਨਾਲ ਜੋੜ ਸੋ ਮਿਹਨਤ ਬਹੁਤ ਜ਼ਰੂਰੀ ਆ ਬਿਲਕੁਲ ਬਾਕੀ ਅਕਾਲਪੁਰ ਦੇ ਕਿਰਪਾ ਚਾਹੀਦੀ ਆ ਜੇ ਉਹਦੀ ਰਹਿਮਤ ਦਇਆ ਤੁਹਾਡੇ ਤੇ ਆ ਤੇ ਸਾਰਾ ਕੁਝ ਆਪਣੇ ਆਪ ਠੀਕ ਹੋ ਜਾਣਾ ਵਾਹ ਜੀ ਵਾਹ ਨਾਲੇ ਉਹੀ ਕਹਿੰਦੇ ਨੇ ਨਾ ਸਿਆਣੇ ਕਹਿੰਦੇ ਨੇ ਕਿ ਨਾਮ ਕਮਾਉਣਾ ਸੌਖਾ ਹੁੰਦਾ ਉਹਨੂੰ ਸੰਭਾਲਣਾ ਬਹੁਤ ਔਖਾ ਹੁੰਦਾ ਸੋ ਸੋ ਮਿਹਨਤ ਦੇ ذریعے ਤੁਸੀਂ ਉਸ ਚੀਜ਼ ਨੂੰ ਸੰਭਾਲ ਸਕਦੇ ਹੋ ਬਿਲਕੁਲ ਇੱਕ ਇੱਕ ਕਰਕੇ ਮਿਹਨਤ ਬਹੁਤ ਜ਼ਰੂਰੀ ਹੈ ਹਾਂ ਆਪਣੇ ਆਪ ਨੂੰ ਅਪਡੇਟ ਕਰ ਸਕਦੇ ਹੋ ਭਾਜੀ ਤੁਸੀਂ ਹੈਲਥ ਦੇ ਬਾਰੇ ਵੀ ਗੱਲ ਕੀਤੀ ਹੈ ਨਾ ਤੇ ਤੁਸੀਂ ਆਪਣੀ ਹੈਲਥ ਨੂੰ ਮੇਨਟੇਨ ਕਰਨ ਦੇ ਲਈ ਕੀ ਕੀ ਕਰਦੇ ਹੋ ਇੱਕ ਕੋਸ਼ਿਸ਼ ਕਰੀ ਦੀ ਜਦੋਂ ਸ਼ੋ ਨਹੀਂ ਹੁੰਦੇ ਜਾਂ ਥੋੜੇ ਜਿਹਾ ਫ੍ਰੀ ਹੈ ਤੇ ਫਿਰ ਆ ਵੀ ਸਵੇਰੇ ਜ਼ਰੂਰ ਉਠੋ ਲੈ ਸਵੇਰੇ ਉੱਠ ਕੇ ਥੋੜੀ-ਬੋਟੀ ਰਨਿੰਗ ਲਗਾਓ ਦੌੜ ਤੇ ਜਿਮ ਜਾਓ ਪਰ ਐ ਕਿ ਰੋ ਰੂਟੀਨ ਜ ਨਹੀਂ ਸਾਡੇ ਕੋਲ ਜਾ ਜਾਂਦਾ ਕਿਉਂਕਿ ਸਾਡੇ ਮੇਰੇ ਸ਼ੋ ਜਿਹੜੇ ਹੁੰਦੇ ਰਾਤ ਦੇ ਹੁੰਦੇ ਉਹਨਾਂ ਕਿ ਬੀਤੀ 9 ਵਜੇ ਘਰ ਆਣੇ 4 ਵਜੇ ਆਣੇ ਫਿਰ ਤਾਂ ਨਹੀਂ ਉੱਠਿਆ ਜਾਂਦਾ ਪਰ ਜਦੋਂ ਫ੍ਰੀ ਹੁੰਨੇ ਆ ਫਿਰ ਉਦੋਂ ਆ ਕੇ ਸਵੇਰੇ ਉੱਠ ਕੇ ਥੋੜਾ ਜਿਹਾ ਜਿਮ-ਜੋਮ ਜਾਂਦੇ ਆ ਖਾਣ ਪੀਣ ਦਾ ਥੋੜਾ ਬੋਤਾ ਧਿਆਨ ਰੱਖਦੇ ਕਿ ਜੰਗ ਫੂਡ ਘੱਟ ਖਾਵਾਂ ਸਿੰਪਲ ਖਾਵਾਂ ਮੇਰੀ ਆਦਤ ਹੈ ਕਿ ਘਰੋਂ ਮੈਂ ਟਿਫਨ ਲੈ ਕੇ ਜਾਣਾ ਸ਼ੋ ਤੇ ਵੀ ਆਪਣੀ ਚਾਹ ਦੀ ਕੈਟਲ ਹੁੰਦੀ ਹੈ ਜੀ ਦੁੱਧ ਪੀਣਾ ਉਹੀ ਲੈ ਕੇ ਜਾਣਾ ਸੋ ਇਹਨਾਂ ਥ ਕਿ ਮਾਲਕ ਦੀ ਨਜ਼ਰ ਸਵੱਲੀ ਹੋਣੀ ਚਾਹੀਦੀ ਫਿਰ ਤੁਸੀਂ ਆਪਣੇ ਆਪ ਠੀਕ ਹੀ ਠੀਕ ਭਾਜੀ ਤੁਸੀਂ ਹਮੇਸ਼ਾ ਜਾਣੇ ਜਾਂਦੇ ਹੋ ਰੋਮਾਂਟਿਕ Song ਵਾਸਤੇ ਸੈਡ Songਸ ਵਾਸਤੇ ਜਦੋਂ ਵੀ ਕੰਟ ਕਲੇਰ ਨਾਮ ਆਉਂਦਾ ਤਾਂ ਹਮੇਸ਼ਾ ਹਰਦੇ ਜੈਨ ਦੇ ਵਿੱਚ ਸੈਡ Song ਤੇ ਰੋਮਾਂਟਿਕ Song ਆਉਂਦਾ ਹੈ ਹਨ ਜੇ ਮੈਂ ਤੁਹਾਡੀ ਲਾਈਕਿੰਗ ਦੇ ਬਾਰੇ ਗੱਲ ਕਰਾਂ ਕਿ ਤੁਹਾਨੂੰ ਪਰਸਨਲੀ ਕਿਹੋ ਜਿਹੇ ਗੀਤ ਪਸੰਦ ਨੇ ਤੁਸੀਂ ਸ਼ੁਰੂਆਤ ਕੀਤੀ ਹੈ ਨਾ ਇੱਕ ਸੈਡ Song ਤੋਂ ਜਾਂ ਰੋਮਾਂਟਿਕ Song ਤੋਂ ਉਹ ਤੁਹਾਡੇ ਨਾਲ ਟੈਗ ਇੱਕ ਲੱਗ ਗਿਆ ਉਸ ਤੋਂ ਬਾਅਦ ਤੁਸੀਂ ਉਸ ਨੂੰ ਕੈਰੀ ਫਾਰਵਰਡ ਕੀਤਾ ਲੋਕੀ ਤੁਹਾਨੂੰ ਬਹੁਤ ਪਿਆਰ ਦੇਂਦੇ ਰਹੇ ਪਰ ਜੇ ਮੈਂ ਪਰਸਨਲੀ ਗੱਲ ਕਰਾਂ ਕਿ ਤੁਹਾਨੂੰ ਵੀ ਇਹੀ ਫਲੇਵਰ ਪਸੰਦ ਆ ਜਾਂ ਹੋਰ ਵੀ ਤੁਸੀਂ ਗਾਣੇ-ਗਾਣੇ ਪਸੰਦ ਕਰਦੇ ਹਰ ਫਲੇਵਰ ਚੰਗਾ ਲੱਗਦਾ ਹਰ ਤਰ੍ਹਾਂ ਦਾ ਗੀਤ ਗਾਉਣਾ ਪਰ ਕਿ ਜਿਹੜੇ ਸਰੋਤੇ ਤੁਹਾਨੂੰ ਸੁਣਦੇ ਨੇ ਉਹ ਹੀ ਡਿਸਾਈਡ ਕਰਦੇ ਨੇ ਕਿ ਤੁਹਾਨੂੰ ਦੇਖੋ ਅੱਜ ਕੱਲ ਸੋਸ਼ਲ ਮੀਡੀਆ ਕਿੰਨਾ ਹੋ ਗਿਆ Facebook ਤੇ Instagram ਤੇ ਆ ਤੁਹਾਨੂੰ ਲੋਕ ਪਹਿਲਾਂ ਪਹਿਲਾਂ ਫੋਨ ਕਰਕੇ ਲੋਕ ਦੱਸਦੇ ਹੁੰਦੇ ਸੀ ਕਿ ਯਾਰ ਆ ਗਾਣਾ ਤੁਹਾਡਾ ਚੰਗਾ ਲੱਗਦਾ ਉਹ ਜਿਵੇਂ ਕੋਈ ਵੀ ਮੈਂ ਗਾਣਾ ਜਿਹੜਾ ਗਾਉਣਾ ਬੀਟ ਵਾਲਾ ਰੋਮਾਂਟਿਕ ਜਿਹੜਾ ਗੀਤ ਉਹ ਹੁਣ ਸਰੋਤੇ ਡਿਸਾਈਡ ਕਰਦੇ ਕਿ ਮੇਰੇ ਮੂੰਹ ਕਿਹੜਾ ਚੰਗਾ ਲੱਗਦਾ ਤੇ ਜਿਆਦਾ ਵੋਟਾਂ ਸੈਡ ਨੂੰ ਰੋਮਾਂਟਿਕ ਨੂੰ ਪੈਂਦੀਆਂ ਸੀ ਤੇ ਮੈਨੂੰ ਵੀ ਆਪਣੇ ਆਪ ਵੀ ਕਿਉਂਕਿ ਜਿਹੜਾ ਗੀਤ ਹੁੰਦਾ ਬੀਟ ਵਾਲਾ ਗਾਣਾ ਉਹ ਹੁੰਦਾ ਢੋਲ ਪ੍ਰਧਾਨ ਕਿ ਢੋਲ ਵੱਜਿਆ ਢੋਲ ਦੇ ਨਾਲ ਤੁਸੀਂ ਬੀਟ ਤੇ ਉਹਨੂੰ ਗਾ ਦੇਣਾ ਉਹਦੇ ਵਿੱਚ ਬਹੁਤੀ ਮੈਕਨਾਂ ਗਾਇਕੀ ਦਿਖਾਉਣ ਦੀ ਲੋੜ ਨਹੀਂ ਹੁੰਦੀ ਅਗਰ ਜਿਹੜਾ ਸੈਡ ਗਾਣਾ ਰੋਮਾਂਟਿਕ ਗਾਣਾ ਜਿਹੜਾ ਬੰਦਾ ਵੀ ਆਪਣੇ ਉਸਤਾਦਾਂ ਕੋਲ ਸਿੱਖਦਾ ਉਹਨੂੰ ਉਹਦੇ ਵਿੱਚ ਗਾਇਕੀ ਦਿਖਾਉਣ ਦਾ ਵੱਧ ਮੌਕਾ ਮਿਲਦਾ ਫਿਰ ਮੇਰੀ ਵੀ ਇੱਕ ਨੇਚਰ ਹੈ ਕਿ ਮੈਂ ਜਿਹੜਾ ਜਿਹੜਾ ਗਾਣਾ ਬਜਾਣਾ ਨਾ ਉਹ ਮੈਂ ਕੱਲਾ ਰੋਜ਼ੀ ਰੋਟੀ ਲਈ ਨਹੀਂ ਕਰਦਾ ਕਿ ਵੀ ਮੈਂ ਰੋਜ਼ੀ ਰੋਟੀ ਮਾਲਕ ਚਲਾਈ ਜਾਂਦਾ ਉਹਦੇ ਵਿੱਚ ਹੁੰਦਾ ਕਿ ਥੋੜੀ ਰੂਹ ਨੂੰ ਵੀ ਤ੍ਰਿਪਤ ਕਰਨਾ ਕੁਝ ਤੁਸੀਂ ਚੰਗਾ ਕਰਦੇ ਹੋ ਚੰਗਾ ਗਾਣਾ ਬਣਾਉਨੇ ਹੋ ਚੰਗਾ ਸੁਰ ਲੱਗਦਾ ਉਹਨਾਂ ਤਾਂ ਰੂਹ ਵੀ ਤ੍ਰਿਪਤ ਹੁੰਦੀ ਨਾ ਕਿ ਬਈ ਵੈਸੇ ਬੰਦਾ ਉਦਾਸ ਹੁੰਦਾ ਬੈਠਾ ਹੁੰਦਾ ਤੇ ਚਲੋ ਕੰਮ ਵੀ ਨਹੀਂ ਕੋਈ ਤੇ ਬੰਦਾ ਉਦਾਸ ਹੈ ਕਿਸੇ ਕਰਕੇ ਵੀ ਹੋ ਸਕਦਾ ਹਰਮੋਨੀਅਮ ਲੈ ਕੇ ਬੈਠੋ ਉਹਦੇ ਨਾਲ ਤੁਸੀਂ ਜਦੋਂ ਆਪਣਾ ਸੰਗੀਤ ਨਾਲ ਕੁਝ ਨਾ ਕੁਝ ਗੁੰਗਣਾਉਨੇ ਹੋ ਤੇ ਤੁਸੀਂ ਰਿਲੈਕਸ ਹੋ ਜਾਂਦੇ ਹੋ ਸੰਗੀਤ ਚੀਜ਼ ਹੀ ਹੈ ਇਹ ਵੀ ਜਿਹਨੂੰ ਕਹਿੰਦੇ ਨੇ ਭਗਤੀ ਹੈ ਮੈਡੀਟੇਸ਼ਨ ਹੈ ਇਹ ਵੀ ਭਗਤੀ ਹੈ ਇਹ ਵੀ ਬਿਲਕੁਲ ਸਹੀ ਹੈ ਭਾਜੀ ਬੜੀ ਹਾਂਜੀ ਕੁਝ ਕਹਿਣ ਲੱਗੇ ਤੁਸੀਂ ਬੱਸ ਉਹ ਇਹ ਹੈ ਕਿ ਸੰਗੀਤ ਜਿਹੜਾ ਉਹ ਜਦੋਂ ਆਪਾਂ ਕਹਿੰਦੇ ਵੀ ਮਾਲਕ ਨੂੰ ਮਾਲਕ ਨੂੰ ਕੀ ਹੈ ਕਿ ਸ਼ਬਦ ਸੁਣਨਾ ਹੂੰ ਹੂੰ ਆਵਾਜ਼ ਸੁਣਨੀ ਮਾਲਕ ਦੀ ਉਹ ਵੀ ਇੱਕ ਨਾਦ ਹੈ ਉਹ ਵੀ ਇੱਕ ਸੰਗੀਤ ਹੈ ਤੇ ਜਦੋਂ ਸੰਗੀਤ ਦਾ ਤਾਲ ਮਿਲਦਾ ਹੀ ਉਹ ਪਰਮਾਤਮਾ ਨਾਲ ਕੀਤਾ ਗਿਆ ਸੋ ਇਹ ਬਾਦਤ ਹੈ ਵਾਹ ਜੀ ਵਾਹ ਕੀ ਬਾਤ ਹੈ ਸੁਣੋ ਜੇ ਆਪਾਂ ਹੁਣ ਇਸ ਤੋਂ ਥੋੜੀ ਜਿਹੀ ਵੱਖਰੀ ਗੱਲ ਕਰੀਏ ਤਾਂ ਗੱਲ ਐਦਾ ਕਿ ਪਾਜੀ ਤੁਸੀਂ ਗੱਲ ਕੀਤੀ ਸੀ ਪਹਿਲਾਂ ਆਪਾਂ ਬੱਸਾਂ 'ਚ ਘੁੰਮਦੇ ਸੀਗੇ ਸਫ਼ਰ ਕਰਦੇ ਸੀਗੇ ਅਸੀਂ ਸਾਰੇ ਬੱਸਾਂ 'ਚ ਘੁਮੇ ਆ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਆਪਣੇ ਪੰਜਾਬ ਦੀ ਬੱਸਾਂ ਦੇ ਵਿੱਚ ਗੀਤ ਵੱਜਦਾ ਹੀ ਆ ਪਾਜੀ ਕਦੀ ਇਹੋ ਜਿਹਾ ਸਬੱਬ ਹੋ ਲਿਆ ਕਿ ਤੁਸੀਂ ਉਸ ਬੱਸ ਦੇ ਵਿੱਚ ਟਰੈਵਲ ਕਰ ਰਹੇ ਹੋ ਤੇ ਤੁਹਾਡਾ ਗੀਤ ਵੱਜ ਰਿਹਾ ਹੋਵੇ ਮੈਨੂੰ ਤਾਂ ਮੇਰੀ ਜਦੋਂ ਪਹਿਲਾ ਟੇਪ ਆਈ ਨਾ ਹੁਣ ਤੱਕ ਨਹੀਂ ਨਿਕਲ ਗਈ ਪਹਿਲੀ ਟੇਪ ਸੀਗੀ ਤੇ ਹੁਣ ਉਦੋਂ ਮੇਰਾ ਨਾਂ ਤਾਂ ਨਹੀਂ ਸੀ ਕੋਈ ਨਾ ਕੋਈ ਇੰਨਾ ਪਛਾਣਦਾ ਸਿਰਫ ਮੇਰਾ ਇੱਕ ਲਿਸ਼ਕਾਰਾ ਚੈਨਲ ਦੂਰਦਰਸ਼ਨ ਜਲੰਧਰ ਹੁੰਦਾ ਸੀ ਉਹਦੇ ਤੇ ਇੱਕ ਗਾਣਾ ਚੱਲਿਆ ਸੀ ਤੇ ਉਦੋਂ ਬਾਅਦ ਬਸ ਟੇਪ ਦੁਕਾਨਾਂ ਤੇ ਵੱਜਣ ਲੱਗ ਗਈ ਉਦੋਂ ਟਾਣੀਆਂ ਤੇ ਗੱਲਾਂ ਹੁੰਦੀਆਂ ਆਉਂਦੀਆਂ ਸੀ ਟਾਣੀਆਂ ਲੋਕਾਂ ਨੇ ਬਣਾਉਣਾ ਸਵੇਰ ਨੂੰ ਉਹ ਯਾਰ ਫਲਾਣਾ ਗਾਣਾ ਆਇਆ ਸੀ ਕੋਈ ਯਾਰ ਬੜਾ ਮੁੰਡਾ ਗਾਉਂਦਾ ਸੀ ਵਧੀਆ ਉਹਦੀ ਟੇਪ ਲੈ ਕੇ ਆਉਂਦਾ ਇਦਾਂ ਜਦੋਂ ਟੇਪ ਮਤਲਬ ਚੱਲਣ ਲੱਗ ਗਈ ਤੇ ਮੈਨੂੰ ਮਦਨ ਜਨੰਦੀ ਸਾਹਿਬ ਜਿਨ੍ਹਾਂ ਨੇ ਮੇਰੀ ਟੇਪ ਕਰਾਈ ਸੀ ਮੈਨੂੰ ਚੰਡੀਗੜ੍ਹੋਂ ਰਹਿੰਦੇ ਸੀ ਮੈਨੂੰ ਫੋਨ ਆਇਆ ਕਹਿੰਦੇ ਵੀ ਕੰਪਨੀ ਨੇ ਬਹੁਤ ਸਾਰੇ ਪੋਸਟਰ ਭੇਜੇ ਆ ਹੋਲਡਿੰਗ ਛੋਟੇ ਛੋਟੇ ਭੇਜੇ ਆ ਤੇ ਤੁਸੀਂ ਉਹ ਲੈ ਜਾਓ ਅੱਛਾ ਜੀ ਤੇ ਅਸੀਂ ਮੈਂ ਇੱਕ ਆਪਣੇ ਦੋਸਤ ਨੂੰ ਨਾਲ ਲਗਾ ਅਸੀਂ ਚੰਡੀਗੜ੍ਹ ਆ ਗਏ ਜੀ ਬਸ ਸਾਈਟਮੈਂਟ ਪੂਰੀ ਹਾਂ ਫੋਟ ਲੱਗੂਗੀ ਤੇ ਵੀ ਸਾਡੇ ਪੋਸਟਰ ਆਏ ਆ ਪੋਸਟਰ ਲੈ ਕੇ ਆਈਏ ਹੁਣ ਅਸੀਂ ਸਿਰਾਂ ਤੇ ਪੋਸਟਰ ਰੱਖੇ ਆ ਬੱਸ ਵਿੱਚ ਸਾਨੂੰ ਡਰਾਈਵ ਚੜਨ ਦਾ ਵੀ ਕੰਡਕਟਰ ਕਹਿੰਦਾ ਟੜ ਕੋਈ ਸਮਾਨ ਬੜਾ ਚਲੋ ਜੀ ਮੰ ਪਿਆਰਾ ਮੁੰਡਾ ਉਦੋਂ ਨਗਾਣਾ ਵੀ ਕਿਉਂਕਿ ਉਹਨ ਦਿਨਾਂ 'ਚ ਉਦੋਂ ਜਿਹੜੀ ਵੀ ਟੇਪ ਹੱਟ ਹੁੰਦੀ ਸੀ ਨਾ ਉਹ ਬੱਸਾਂ ਵਾਲੇ ਜ਼ਰੂਰ ਲਾਉਂਦੇ ਹੁੰਦੇ ਸੀ। ਬਿਲਕੁਲ ਜੀ। ਤੇ ਹੁਣ ਗਾਣੇ ਚੱਲਣ ਵੀ ਡਾ ਹੁਣ ਮੈਂ ਕਿਤੇ ਮੂੰਹ ਵੀ ਜੀ ਬਿਲਕੁਲ ਹੀ ਆਵਾਂ ਕਹਿਣਗੇ ਯਾਰ ਇਹ ਬੰਦਾ ਸਿੰਗਰ ਹੈ ਤੇ ਬੱਸ ਵਿੱਚ ਤੁਰਿਆ ਫਿਰਦਾ ਨਾ ਪਰ ਉਦੋਂ ਚਲੋ ਮਾਲਕ ਨੇ ਬੱਸ ਹੀ ਦਿੱਤੀ ਸੀ ਤੇ ਬੱਸ ਹੀ ਕੋਲ ਸੀ ਤੇ ਇਦਾਂ ਹੋਇਆ ਕਈ ਵਾਰੀ ਦੋ ਟੇਪਾਂ 'ਚ ਹੋਇਆ ਉਸ ਤੋਂ ਬਾਅਦ ਵੀ ਇੱਕ ਟੇਪ ਆਈ ਸੀਗੀ ਤੇ ਉਦੋਂ ਵੀ ਮੇਰੇ ਕੋਲ ਗੱਡੀ ਨਹੀਂ ਸੀ ਤੀਸਰੀ ਟੇਪ ਤੇ ਜਾ ਕੇ ਮੈਂ ਅਮਰੂਤੀ ਗੱਡੀ ਪੁਰਾਣੀ ਲਈ ਉਹ ਵੀ 88 ਮਾਡਲ 88000 ਦੀ ਅੱਜ ਕੱਲ ਤਾਂ ਮੁੰਡਿਆਂ ਦਾ ਇੱਕ ਟਰੈਕ ਆਉਂਦਾ ਤੂੰ ਫੋਰਚੂਨ ਲੈ ਲੈਂਦੇ ਪਰ ਸਾਡਾ ਟਾਈਮ ਹੋਰ ਸੀ ਕਸੀਂ ਸ਼ੁਰੂ ਇੱਥੋਂ ਆਏ ਆ ਪਹਿਲਾ ਪ੍ਰੋਗਰਾਮ 5000 ਚ ਬੁੱਕ ਕੀਤਾ ਸੀ ਅੱਛਾ ਹੌਲੀ 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 ਔਰ ਉਦੋਂ ਉਦੋਂ ਸੀ ਕਿ ਸਿੰਗਰ ਨੂੰ ਨਹੀਂ ਸੀ ਦਿਖਾਇਆ ਜਾਂਦਾ ਸਰਪ ਸਿੰਘਰ ਦਾ ਉਹਦੀ ਆਵਾਜ਼ ਪਹਿਚਾਨ ਹੁੰਦੀ ਸੀ ਤੇ ਮੇਲੇ ਮੁੱਲੇ ਮਿਲਦੇ ਹੁੰਦੇ ਸੀ ਵਿਆਹ ਦੇ ਪ੍ਰੋਗਰਾਮ ਵੀ بڑے ਹੁੰਦੇ ਸੀ ਪਰ ਰੇਟ ਬੜਾ ਘੱਟ ਹੁੰਦਾ ਸੀ ਸਿੰਘਰਾਂ ਦਾ ਪਰ ਅੱਜ ਦਾ ਦੋ ਗਾਣੇ ਆਏ ਤਾਂ ਬੰਦਾ ਸੁਪਰਸਟਾਰ ਪਰ ਬਾਜੀ ਇੱਕ ਗੱਲ ਹੈ ਇਸ ਦੇ ਪਿੱਛੇ ਇੱਕ ਗੱਲ ਕੱਪਾ ਕਹਿ ਸਕਦੇ ਆ ਕਿ ਐਸੀ ਜ਼ਿੰਦਗੀ ਜੀਂਦਿਆਂ ਇੱਕ ਮਜ਼ਾ ਹੀ ਵੱਖਰਾ ਹੁੰਦਾ ਜਦੋਂ ਤੁਸੀਂ ਇੱਥੋਂ ਉੱਥੇ ਜਾਂਦੇ ਹੋ ਨਾ ਤੇ ਜਦੋਂ ਉਹ ਚੀਜ਼ਾਂ ਯਾਦ ਆਉਂਦੀਆਂ ਨੇ ਉਹ ਸੁਆਲ ਹੀ ਵੱਖਰਾ ਹੁੰਦਾ ਮੈਂ ਇੱਕ ਗੱਲ ਕਹਿਣਾ ਹੁੰਦਾ ਕਿ ਜੇ ਰਾਜੇ ਦਾ ਪੁੱਤ ਰਾਜਾ ਬਣਿਆ ਤੇ ਕੀ ਬਣਿਆ ਇੱਕ ਮੰਤਰੀ ਦਾ ਬੇਟਾ ਮੰਤਰੀ ਬਣ ਗਿਆ ਕੀ ਬਣਿਆ ਇੱਕ ਮਜ਼ਦੂਰ ਦਾ ਪਤ ਮંત્રી ਬਣਿਆ ਇੱਕ ਮਜ਼ਦੂਰ ਦਾ ਪੁੱਤ ਰਾਜਾ ਬਣਿਆ ਉਹ ਗੱਲ ਮੈਨੇ ਉਹ ਮਜ਼ਾਈ ਉਹ ਮਜ਼ਾਈ ਵੱਖਰਾ ਕਿ ਨਹੀਂ ਜਿਸ ਬੰਦੇ ਕੋਈ ਸਹੂਲਤ ਨਹੀਂ ਕੋਈ ਉਹਦੀ ਬਾਹ ਫੜਨ ਵਾਲਾ ਨਹੀਂ ਉਹ ਆਪਣੀ ਮਿਹਨਤ ਨਾਲ ੱੱਕੇ ਖਾ ਖਾ ਠੇਡੇ ਖਾ ਖਾ ਕੇ ਇੱਕ ਮੰਜ਼ਲ ਹਾਸਲ ਕਰਦਾ ਨਾ ਉਹਦਾ ਸਵਾਦ ਹੀ ਵੱਖਰਾ ਕੀ ਬਾਤ ਹੈ ਦੇਖੋ ਨਾ ਮਜ਼ਾ ਅਸੀਂ ਅੱਜ ਤੱਕ ਲੈ ਰਹੇ ਹਾਂ ਔਰ ਇਹਦੇ ਲੈਂਦੇ ਰਾਵਾਂਗੇ ਚਲੋ ਹੁਣ ਤੁਸੀਂ ਆਪਾਂ ਟ੍ਰੈਕ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਉਹ ਲਾਲ ਜਿਹੜਾ ਤੁਹਾਡਾ ਫਰਸਟ ਟ੍ਰੈਕ ਸੀਗਾ ਜਿਹੜਾ ਤੁਸੀਂ ਜਿਹੜਾ ਬੱਸ ਦੇ ਵਿੱਚ ਮਤਲਬ ਜਿਹੜਾ ਵਜਿਆ ਹੈ ਤੇ ਉਹ ਸਾਨੂੰ ਦੋ ਲਾਈਨਾਂ ਸੁਣਾਉਂਦਾ ਜੀ ਹਾਂ ਬਿਲਕੁਲ ਉਹ ਬਦਲੀ ਤੇਰੀ ਤੋਰ ਵੈਰ ਨੇ ਹੋ ਗਈ ਤੇਰੀ ਤੋਰ ਵੈਰ ਨੇ ਤੂੰ ਵੱਡਿਆਂ ਜੋੜਾਂ ਵਿੱਚ ਰਹਿੰਦੀ ਸਾਡਾ ਨਾ ਕੋਈ ਜ਼ੋਰ ਵੈਰ ਨੇ ਓ ਚੋਰ ਹੁਸਨ ਦੇ ਤੇਰੇ ਦੁਆਲੇ ਚੋਰ ਹੁਸਨ ਦੇ ਤੇਰੇ ਦੁਆਲੇ ਲੱਗ ਪਏ ਨੇ ਹੁਣ ਪੌਣ ਨਹੀਂ ਹੁਣ ਤੇਰੀ ਨਹੀਂ ਹੁਣ ਤੇਰੀ ਨੇ ਹੁਣ ਤੇਰੀ ਨਿਗਾ ਬਦਲ ਗਈ ਅਸੀਂ ਹੋ ਗਏ ਹਾਂ ਕੌਣ ਨਹੀਂ ਹੁਣ ਤੇਰੀ ਨਿਗਾ ਬਦਲ ਗਈ ਅਸੀਂ ਹੋ ਗਏ ਹਾਂ ਕੌਣ ਨਹੀਂ ਹੁਣ ਤੇਰੀ ਨਿਗਾ ਬਦਲ ਗਈ ਸੋ ਭਾਈ ਨੇ ਗੱਲ ਕੀਤੀ ਨਿਗਾ ਬਦਲਣ ਦੀ ਪਰ ਤੁਸੀਂ ਆਪਣਾ ਚੈਨਲ ਨਾ ਬਦਲੀਏ ਕਿਉਂਕਿ ਵੇਲਾ ਹੋ ਗਿਆ ਜੇ ਇੱਕ ਛੋਟੀ ਜਿਹੀ ਬ੍ਰੇਕ ਦਾ ਆਪਾਂ ਹੋਰ ਬਥੇਰੀਆਂ ਗੱਲਾਂ ਕਰਾਂਗੇ ਮਿਲਦੇ ਹਾਂ ਜੀ ਫਿਰ ਆਪਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੀਟੀਸੀ ਸੁਪਰਸਟਾਰ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਕੰਤ ਕਲੇਰ ਜੀ ਦੇ ਨਾਲ ਕਾਂਟ ਕਲੇਰ ਜੀ ਬਹੁਤ ਇੰਟਰਸਟਿੰਗ ਗੱਲਾਂ ਤੁਸੀਂ ਕੀਤੀਆਂ ਫਸ ਸੈਗਮੈਂਟ ਦੇ ਵਿੱਚ ਅ ਸ਼ੁਰੂਆਤੀ ਟਾਈਮ ਦੇ ਬਾਰੇ ਤੁਸੀਂ ਗੱਲਾਂ ਕੀਤੀਆਂ ਸੋ ਮੈਨੂੰ ਵੀ ਚੰਗਾ ਲੱਗਾ ਯਾਰ ਮੈਨੂੰ ਮੈਨੂੰ ਨਾ ਜਿਦਾ ਸਿਨੇਮੇ ਦੀ ਸਕਰੀਨ ਦੀ ਤਰ੍ਹਾਂ ਉਹ ਸਾਰਾ ਕੁਝ ਨਜ਼ਰ ਆ ਰਿਹਾ ਸੀ ਨਾਲ-ਨਾਲ ਗੱਲ ਦੇ ਕਿ ਮੇਰਾ ਉਹ ਟਾਈਮ ਤੇ ਅੱਜ ਦਾ ਟਾਈਮ ਉਹ ਮੈਨੂੰ ਵਾਕੇ ਨਜ਼ਰ ਆ ਰਿਹਾ ਸੀ ਇਹ ਥੈਂਕ ਯੂ ਬ੍ਰਾ ਮੈਨੂੰ ਉਹ ਵੇਲਾ ਯਾਦ ਕਰਨ ਲਈ ਔਰ ਵੇਲਾ ਵੈਸੇ ਯਾਦ ਵੀ ਰੱਖਣਾ ਚਾਹੀਦਾ ਪਹਿਲਾ ਵੇਲਾ ਕਦੇ ਨਹੀਂ ਭੁੱਲਣਾ ਚਾਹੀਦਾ ਉਹ ਫਰੈਸ਼ ਹੁੰਦੇ ਰਹਿਣੇ ਚਾਹੀਦੀਆਂ ਨੇ ਮੈਮਰੀਜ਼ ਪਰ ਹੁਣ ਆਪਾਂ ਜੇ ਪ੍ਰੈਜ਼ੈਂਟ ਦੀ ਗੱਲ ਕਰੀਏ ਤਾਂ ਉਹ ਗ ਤੇ ਜਿਹੜੀ ਤੁਹਾਡੀ ਐਲਬਮ ਹੈ ਭਾਜੀ ਬੜੀ ਮੈਂ ਐਲਬਮ ਦੇ ਬਾਰੇ ਤਾਂ ਹੁਣ ਗੱਲ ਕਰੂੰਗਾ ਹੀ ਕਰੂੰਗਾ ਪਰ ਮੈਨੂੰ ਨਾ ਇੱਕ ਕੁਐਸਚਨ ਬੜੀ ਦੇਰ ਦਾ اٹਕ ਰਿਹਾ ਮਨ ਦੇ ਵਿੱਚ ਯਾਨੀ ਕਿ ਇਹ ਸ਼ੋਅ ਦੇ ਵਿੱਚ ਮੈਂ ਪੁੱਛਣਾ ਸੀ ਇਸ ਤੋਂ ਪਹਿਲਾਂ ਵੀ ਤੁਸੀਂ ਪੂਰੀ ਐਲਬਮ ਲੈ ਕੇ ਆਏ ਹੋ ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਗੱਲ ਕਰੀਏ ਬਹੁਤ ਸਾਲਾਂ ਤੋਂ 1 2 3 ਸਾਲਾਂ ਤੋਂ ਕੋਈ ਵੀ ਆਰਟਿਸਟ ਆਂਦਾ ਹੈ ਭਾਵੇਂ ਉਹ ਡੈਬਿਊ ਕਰ ਰਿਹਾ ਹੈ ਭਾਵੇਂ ਉਹ ਐਸਟੈਬਲਿਸ਼ਡ ਸਿੰਗਰ ਹੈ ਉਹ ਹਮੇਸ਼ਾ ਇੱਕ ਸਿੰਗਲ ਟਰੈਕ ਲੈ ਕੇ ਆਉਂਦਾ ਉਹ ਐਲਬਮ ਕਦੀ ਨਹੀਂ ਲੈ ਕੇ ਆਉਂਦਾ ਕਿਉਂਕਿ ਐਲਬਮ ਦੇ ਵਿੱਚ ਖਰਚਾ ਬਹੁਤ ਹੈ ਬੱਸ ਆ ਬਹੁਤ ਲੱਗਦਾ ਫਿਰ ਪਤਾ ਨਹੀਂ ਲੋਕਾਂ ਦਾ ਕੀ ਰਿਸਪੌਂਸ ਹੋਏਗਾ ਪਰ ਇਹ ਪਲੈਨਿੰਗ ਕਿਸ ਤਰ੍ਹਾਂ ਬਣੀ ਮਤਲਬ ਇੰਨਾ ਜਿਗਰਾ ਕਿਸ ਤਰ੍ਹਾਂ ਇਹ ਉਹਨਾਂ ਲਈ ਆ ਜਿਹੜਾ ਖਰਚਾ ਕੋਲੋਂ ਕਰਦੇ ਆ ਪਹਿਲੀ ਗੱਲ ਤਾਂ ਇਹ ਅੱਛਾ ਹੁਣ ਮੇਰੀ 2 ਸਾਲ ਪਹਿਲਾਂ ਐਲਬਮ ਆਈ ਸੀ ਫਨਾ ਹਾਂ ਉਹਦੇ ਵਿੱਚ ਵੀ ਸਾਰਾ ਜਿਹੜਾ ਮੇਰੀ ਕੰਪਨੀ ਆ ਉਹਨੇ ਆਡੀਓ ਤਿਆਰ ਕੀਤੀ ਉਹਨੇ ਵੀਡੀਓ ਤਿਆਰ ਕੀਤੀ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੀ ਅਸੀਂ ਐਲਬਮ ਕਰਨੀ ਹੈ ਤੇ ਉਹਦੇ ਅਸੀਂ 4 ਵੀਡੀਓ ਸ਼ੂਟ ਕਰਾਂਗੇ 4 ਅਸੀਂ ਕਿਹਾ ਹੋ ਸਕਦਾ ਸੀ 6 ਬਣਾਈਏ ਮੈਂ ਕਹਾਂ ਡਾਨਾ ਜੀ ਅੱਗੇ ਹੁੰਦਾ ਸੀ ਕਿ ਸਿੰਗਰ ਨੂੰ ਬਹੁਤ ਸਾਰੇ ਪੈਸੇ ਮਿਲਦੇ ਸੀ ਸੱਚਾਈ ਇਹ ਹੈ ਕਿ ਵੱਡੀਆਂ-ਵੱਡੀਆਂ ਕੰਪਨੀਆਂ ਤਨੂੰ ਆਫਰ ਕਰਦੀਆਂ ਸੀ ਕਿ ਆਹ ਐਲਬਮ ਸਾਡੇ ਦੀ ਬਣਾਓ ਉਹ ਕਾਫੀ ਪੈਸੇ ਸਿੰਗਰ ਨੂੰ ਵੀ ਮਿਲਦੇ ਸੀ ਹਾਂਜੀ ਹਾਂਜੀ ਬਾਕੀ ਕਿ ਉਹਦੀ ਆਡੀਓ ਔਰ ਵੀਡੀਓ ਕੰਪਨੀ ਕਰਦੀ ਸੀ ਹੁਣ ਥੋੜਾ ਜਿਹਾ ਚੇਂਜ ਹੋ ਗਿਆ ਕਿ ਜਿਹੜੇ ਸਿੰਗਰ ਅਜੇ ਵੀ ਵਿਕਦੇ ਨੇ ਜਾਂ ਜਿਨ੍ਹਾਂ ਦਾ 뮤직 ਚੱਲਦਾ ਆ ਉਹਨਾਂ ਨੂੰ ਕੰਪਨੀ ਰਿਕਾਰਡ ਕਰਦੀ ਆ ਪਰ ਕਈਆਂ ਨੂੰ ਅਜੇ ਝੂਠ ਲੱਗਦੀ ਹੋਊਗੀ ਗੱਲ ਪਰ ਮੈਂ ਮੈਂ ਬਹੁਤ ਘੱਟ ਝੂਠ ਬੋਲਦਾ ਬੋਲਦਾ ਹਾਂਜੀ ਕਤੇ ਕਤੇ ਬੋਲਦਾ ਉਹ ਨਾ ਜ਼ੁਰ ਐਨੀ ਕਮ ਬੋਲਦਾ ਨਹੀਂ ਠੀਕ ਹੈ ਜੀ ਪਰ ਇਸ ਵਾਰ ਵੀ ਸਾਡੀ ਕੰਪਨੀ ਨੇ ਮੈਨੂੰ ਕਿਹਾ ਕਿ ਅਸੀਂ ਐਲਬਮ ਕਰਨੀ ਮੈਂ ਬਹੁਤ ਜ਼ੋਰ ਦਿੱਤਾ ਉਹਨਾਂ ਨੂੰ ਉਸ ਦੌਰਾਨ ਸਾਡੇ 2 ਸਾਲ ਜਿਹੜੇ ਗੈਪ ਆ ਉਹਦੇ ਵਿੱਚ ਅਸੀਂ 3-4 ਟਰੈਕ ਵੀ ਕੀਤੇ ਸਿੰਗਲ ਸਿੰਗਲ ਅਸੀਂ ਵੀ ਕੀਤਾ ਪਰ ਜਿਹੜੀ ਆਡੀਅנס ਆ ਉਹਨੂੰ ਸਵਾਦ ਨਹੀਂ ਆਇਆ ਹੁਣ ਜਿਹੜੇ ਤੁਹਾਡੇ ਲੋਕ ਤੁਹਾਡੇ ਨਾਲ ਜੁੜੇ ਆ ਸਰੋਤੇ ਉਹ ਚਾਹੁੰਦੇ ਕਿ ਐਲਬਮ ਵੀ ਕਰੋ ਕੋਕਾ ਦੇਖੋ ਇੱਕ ਇੱਕ ਨਾਮ ਹੁੰਦਾ ਇੱਕ ਇੱਕ ਹੋ ਜਾਂਦਾ ਜੀ ਜੁੜ ਜਾਂਦੀ ਹੈ ਚੀਜ਼ ਕਿਉਂਕਿ ਜੇ ਆਪਾਂ ਗੱਲ ਕਰੀਏ ਸਰਦੂਲ ਸਿਕੰਦਰ ਸਾਹਿਬ ਦੀ ਗੱਲ ਕਰੀ ਉਹਨਾਂ ਦੀ ਪੂਰੀ ਐਲਬਮ ਆndi ਸੀ ਹੰਸਰਾ ਸ਼ੰਸ ਦੀ ਪੂਰੀ ਐਲਬਮ ਆndi ਤੁਸੀਂ ਵੀ ਉਸ ਕੈਟਾਗਰੀ ਚੋਂ ਜਿਹੜੇ ਲੋਕ ਸਿੰਗਰ ਨੇ ਨਾ ਸਿੰਗਰ ਲੋਗ ਨੇ ਉਹਨਾਂ ਦੀ ਐਲਬਮ ਲੋਕ ਸੁਣਨਾ ਚਾਹੁੰਦੇ ਕਿਉਂਕਿ ਉਹਦੇ ਵਿੱਚ ਹਰ ਵੈਰਾਈਟੀ ਹੁੰਦੀ ਹੈ ਸੈਡ ਵੀ ਰੋਮਾਂਟਿਕ ਵੀ ਸੋਸ਼ਲ ਵੀ ਕੋਈ ਨਾ ਕੋਈ ਪੈਪੀ ਹੈਪੀ ਗੀਤ ਵੀ ਉਹਦੇ ਵਿੱਚ ਉਹਨਾਂ ਲੋਕਾਂ ਨੂੰ ਵੈਰਾਈਟੀ ਬੜੀ ਮਿਲਦੀ ਹੈ ਹੁਣ ਇੱਕ ਗੀਤ ਆਇਆ ਕਿਸੇ ਨੂੰ ਚੰਗਾ ਲੱਗਾ ਕਿਸੇ ਨੂੰ ਨਹੀਂ ਲੱਗਾ ਐਲਬਮ ਦੇ ਵਿੱਚ ਕੀ ਹੈ ਕਿ ਇੱਕ ਨਹੀਂ ਲੱਗਾ ਅਗਲਾ ਚੰਗਾ ਲੱਗ ਜੂ ਸੋ ਜਿਹੜੇ ਜਿਹੜੇ ਲੋਕ ਸਿੰਗਰ ਨੇ ਉਹਨਾਂ ਨੂੰ ਲੋਕ ਸੁਣਨਾ ਵੀ ਚਾਹੁੰਦੇ ਆ ਔਰ ਕੰਪਨੀ ਉਹਨਾਂ ਨੂੰ ਰਿਕਾਰਡ ਵੀ ਕਰਦੀ ਆ ਤੋ ਮੇਰੇ ਨਾਲ ਇਸ ਤਰ੍ਹਾਂ ਹੋਇਆ ਕਿ ਕੰਪਨੀ ਕਹਿੰਦੇ ਕਿ ਅਸੀਂ ਤੁਹਾਡੇ ਵੀਡੀਓ ਵੀ ਬਣਾਵਾਂਗੇ ਔਰ ਅਸੀਂ ਤੁਹਾਨੂੰ ਰਿਕਾਰਡ ਵੀ ਕਰਨਾ ਐਲਬਮ ਕਰਨੀ ਆ ਮੈਂ ਕਿਹਾ ਕਰੋ ਵੀ ਖਰਚਾ ਤੁਸੀਂ ਕਰਨਾ ਬਖੋ ਦੋ ਕਰ ਲਓ ਸੋ ਇੱਥੇ ਫਰਕ ਆ ਜਾਂਦਾ ਕਿ ਜਦੋਂ ਇੱਕ ਹੋਰ ਸਿੰਗਰ ਆਂਦਾ ਆਪਣਾ ਸਿੰਗਲ ਟਰੈਕ ਲੱਗੇ ਉਹਦਾ ਖੁਦ ਦਾ ਖਰਚਾ ਹੁੰਦਾ ਮੈਂ ਤੁਹਾਡੀ ਗੱਲ ਸਮਝ ਗਿਆ ਮੈਂ ਤੋ ਜਦੋਂ ਪਹਿਲੀ ਐਲਬਮ ਮੇਰੀ ਜਿਹੜੇ ਆਪਾਂ ਗੱਲ ਕਰਕੇ ਹਟੇ ਹੁਣ ਤੇਰੀ ਨਿਗਾਹ ਬਦਲ ਗਈ ਉਦੋਂ ਵੀ ਮੇਰੇ ਕੋਲ ਉਹ ਕਹਿੰਦੇ ਸੀ ਕਿ 20000 ਦੇ ਬੀਤੋਂ 40000 ਦੀ ਰਿਕਾਰਡਿੰਗ ਹੋ ਜਾਂਦੀ ਸੀ ਇੱਕ ਦਿਨ ਦੇ ਵਿੱਚ ਸਿੰਗਲ ਰਿਕਾਰਡਿੰਗ ਹੁੰਦੀ ਸੀਗੀ ਸਿੰਗਲ ਟਰੈਕ ਰਿਕਾਰਡਿੰਗ ਹੋਣੀ ਕਿ ਸਾਰੇ ਮਿਊਜ਼ੀਸ਼ੀਅਨ ਲੱਗੇ ਆ ਸਿੰਗਰ ਗਾ ਰਿਹਾ ਸਾਰੇ ਵਜਾ ਰਿਹਾ ਤੇ ਰਿਕਾਰਡਿੰਗ ਹੋ ਗਈ ਤਿਆਰੀ ਕਰਕੇ ਸਿੰਗਰ ਜਾਂਦਾ ਤੇ ਉਦੋਂ ਉਹਨਾਂ ਦਿਨਾਂ 'ਚ ਸਾਡੇ ਕੋਲ ਤਾਂ 200 ਰੁਪਿਆ ਮਤਲਬ ਜੇਬ 'ਚ ਆਉਣਾ ਔਖਾ ਹੁੰਦਾ ਸੀਗਾ 98 ਦੇ 20 ਤੋਂ 30000 ਰੁਪਏ ਬਹੁਤ ਜ਼ਿਆਦਾ ਉਹ ਤਾਂ ਬਹੁਤ ਸੀਗਾ ਤੇ ਉਦੋਂ ਵੀ ਸਾਡਾ ਕੰਪਨੀ ਨੇ ਰਿਕਾਰਡ ਕੀਤਾ ਸੀ ਤੇ ਕੰਪਨੀ ਅੱਜ ਵੀ ਮਾਲਕ ਦੀ ਕਿਰਪਾ 'ਗੇ ਅੱਜ ਵੀ ਕੰਪਨੀ ਕਰ ਰਹੀ ਹੁੰਦਾ ਸੀ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਵਾਹ ਜੀ ਵਾਹ ਪਰ ਜੇ ਹੁਣ ਆਪਾਂ ਇਸ ਐਲਬਮ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਭਾਜੀ ਕਿੰਨੇ ਟਰੈਕ ਨੇ ਇਹਦੇ ਵਿੱਚ ਟੋਟਲ 8 ਟਰੈਕ ਹੈ ਇੱਕ ਸਾਡਾ ਗੀਤ ਆਇਆ ਸੀ ਪਹਿਲਾਂ ਬੰਦੂਕਾਂ ਉਹ ਅਸੀਂ ਵੀਡੀਓ ਵੀ ਬਣਾਇਆ ਸੀ ਉਸੇ ਕੰਪਨੀ ਨੇ ਕੀਤਾ ਸੀਗਾ ਤੇ ਉਹਨਾਂ ਨੇ ਫਿਰ ਇਹ ਜਿਹੜਾ ਬੰਦੂਕਾਂ ਜਿਹੜਾ ਟਰੈਕ ਆ ਉਹ ਵੀ ਇਸ ਐਲਬਮ ਦੇ ਵਿੱਚ ਪਾ ਦਿੱਤਾ ਮਤਲਬ ਉਹਨਾਂ ਜਿਹੜੇ ਫਰੈਸ਼ ਗੀਤ ਆ ਉਹ ਆਟਿਆ 8 ਨੇ ਮਤਲਬ 9 ਟਰੈਕ ਹੋ ਗਏ 9 ਟਰੈਕ ਟੋਟਲ ਹੋ ਗਏ ਤੇ ਕਾਫੀ ਅੱਛੇ ਰਾਈਟਰ ਆ ਨਵੇਂ ਵੀ ਆ ਪੁਰਾਣੇ ਵੀ ਆ ਕੌਣ ਕੌਣ ਨੇ ਜੀ ਕਿੰਨੇ ਆ ਆ ਜਿਹੜਾ ਇੱਕ ਸਾ ਟਾਈਟਲ ਆ ਉਹ ਕਾਲ ਪਰੇਕ ਸਵਾਲ ਆ ਰਿਹਾ ਗਾਣਾ ਉਹ ਹੈ ਵਿਜੇ ਤਮੀ ਸਾਹਿਬ ਤੇ ਜਸਵੀਰ ਗੁਣਾਚਾਰੀਆ ਚੌਰੀਆ ਜੀ ਮਨਜੀਤ ਕੰਗ ਕੈਨੇਡਾ ਤੋਂ ਸੁਖੀ ਢਾਲੀਵਾਲ ਆ ਮੈਂਟੂ ਉਪਲ ਮੈਂਟੂ ਹੇਰ ਆ ਔਰ ਮੋਨੂ ਮਹਿਤਾਬ ਤੇ ਇੱਕ ਜਗਵੀਰ ਸੋਹੀ ਕੁਝ ਦੋ ਤਿੰਨ ਨਵੇਂ ਮੁੰਡਿਆ ਤੇ ਜਿਹੜਾ ਮਿਊਜ਼ਿਕ ਆ ਉਹ ਮੇਰਾ ਛੋਟਾ ਵੀਰ ਕਮਲ ਕਲੇਰ ਜਨੇਫਨਾ ਦਾ ਮਿਊਜ਼ਿਕ ਕੀਤਾ ਸੀ ਇੱਕ ਮੇਰਾ ਕਿਸਾ ਦਾ ਮਿਊਜ਼ਿਕ ਉਹਨਾਂ ਨੇ ਕੀਤਾ ਕਮਲ ਖਲੇਰ ਜੀ ਇਹਦੇ ਬਾਰੇ ਸਾਨੂੰ ਕੁਝ ਦੱਸੋ ਜੀ ਤੁਹਾਡੇ ਛੋਟੇ ਭਰਾ ਨੇ ਹਨਾ ਮੈਂ ਤੁਹਾਨੂੰ ਵੈਸੇ ਵੀ ਦੇਖਿਆ ਕਿਉਂਕਿ ਜਦੋਂ ਮੈਂ ਸ਼ੂਟ ਦੌਰਾਨ ਤੁਹਾਡੇ ਨਾਲ ਰਿਹਾ ਜੇ ਮੈਂ ਵੌਇਸ ਆ ਪੰਜਾਬ ਦੀ ਗੱਲ ਕਰਾਂ ਤਾਂ ਉਦੋਂ ਤੁਸੀਂ ਹਮੇਸ਼ਾ ਹਰ ਚੀਜ਼ ਦੀ ਸੁਜੈਸ਼ਨ ਆਪਣੇ ਭਰਾ ਤੋਂ ਲੈਨੇ ਹੋ ਮੈਂ ਇਹ ਚੀਜ਼ ਨੋਟ ਕੀਤੀ ਆ ਪਰਸਨਲੀ ਨੋਟ ਕੀਤੀ ਆ ਠੀਕ ਹੈ ਸ਼ਾਇਦ ਇਹ ਚੀਜ਼ ਨਾ ਨਿਕਲ ਪਾਂਦੀ ਜੇ ਮੈਂ ਚੀਜ਼ ਨੋਟ ਨੋਟਦਾ ਕਰ ਪਾਂਦਾ ਉਹ ਕਿਸ ਤਰ੍ਹਾਂ ਤੁਹਾਡੇ ਕੋਲ ਕੋਈ ਵੀ ਗਾਣਾ ਆਂਦਾ ਤੁਹਾਡੇ ਕੋਲ ਕੋਈ ਵੀ ਲਿਰਿਕ ਆਂਦਾਂ ਤੁਸੀਂ ਹਮੇਸ਼ਾ ਸੁਣਾ ਕੇ ਉਹਨਾਂ ਨਾਲ ਡਿਸਕਸ ਕਰਦੇ ਹੋ ਉਹ ਕਿਉਂ ਭਾਜੀ ਕਿਸ ਤਰ੍ਹਾਂ ਉਹ ਇੰਨਾ ٹرسٹ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਅਸੀਂ ਜਿਵੇਂ ਉਹ ਮੇਰੇ ਤੋਂ ਛੋਟਾ ਕਾਫੀ 6 ਸਾਲ ਛੋਟਾ ਆ ਤੇ ਪਹਿਲਾਂ ਤੋਂ ਮੇਰੇ ਤੋਂ ਹੀ ਸਿੱਖਦਾ ਸੀਗਾ ਫਿਰ ਹੁਣ ਮੈਂ ਕਿੰਨਾ ਕੁ ਸਿਖਾ ਸਕਦਾ ਆਪਣਿਆਂ ਕੋ ਸਿੱਖਿਆ ਵੀ ਨਹੀਂ ਜਾਂਦਾ ਹੁੰਦਾ ਨਾ ਫਿਰ ਜਿਨ੍ਹਾਂ ਤੋਂ ਮੈਂ ਸਿੱਖਦਾ ਸੀ ਮੇਰੇ ਗੁਰੂ ਜੀ ਆਰ ਪੀ ਰਾਣਾ ਫਿਰ ਮੈਂ ਉਹਨਾਂ ਉਹਨਾਂ ਦੇ ਕੋਲ ਉਹਨਾਂ ਨੂੰ ਸ਼ਾਗਿਰਦ ਬਣਾਇਆ ਉਹ ਬੰਦਾ ਮੇਰੇ ਨਾਲੋਂ ਵੱਧ ਸਿੱਖ ਗਿਆ ਕਿਉਂਕਿ ਉਹ ਗਾਉਂਦਾ ਨਹੀਂ ਸੀ ਮੇਰਾ ਧਿਆਨ ਜ਼ਿਆਦਾ ਗਾਉਣ ਆ ਗਾਉਣ ਵਾਲ ਸੀ ਪ੍ਰੋਗਰਾਮ ਵਾਲ ਸੀਗਾ ਉਹ ਸਿੱਖਣ ਚ ਸਿੱਖਦਾ ਰਿਹਾ ਉਸ ਤੋਂ ਬਾਅਦ ਹੌਲੀ-ਹੌਲੀ ਉਹਨੂੰ ਫਿਰ ਮੇਰੇ ਨਾਲ 뮤직 ਕਰਨ ਦੀ ਵੀ ਆਦਤ ਪੈ ਗਈ ਜਿਵੇਂ ਅਸੀਂ ਕੋਈ ਮੈਕ ਕੰਪੋਜੀਸ਼ਨ ਕਰਨੀ ਹੋ ਉਹ ਨਾਲ ਕੀਬੋਰਡ ਵਜਾਉਣਾ ਫਿਲਰ ਬਣਾ ਲੈਣੇ ਨਾਲ-ਨਾਲ ਬੈਠੇ ਨੇ ਉਹ ਅਸੀਂ ਰਿਕਾਰਡ ਕਰੀ ਜਾਣੇ ਸੋਇਆ ਕਿ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ ਉਹ ਸਲਾਹ ਨਾ ਕਰਦੇ ਆ ਕੋਈ ਗੀਤ ਆ ਇੱਕ ਦੂਜੇ ਕਿਉਂਕਿ ਕਹਿੰਦੇ ਕੱਲਾ-ਕੱਲਾ ਹੁੰਦਾ 2 11 ਹੁਣ ਸਾਡੀ ਦੋਨੋਂ ਭਰਾਮਾਂ ਦੀ ਬਣਦੀ ਏਨੀ ਆ ਕਿ ਅਸੀਂ ਹਰ ਕੰਮ ਦੇ ਵਿੱਚ ਇੱਕ ਦੂਜੇ ਦੀ ਸਲਾਹ ਲਈਦੀ ਆ ਉਹਨੂੰ ਪੁੱਛ ਲੈਣਾ ਕਿਉਂਕਿ ਉਹ ਉਹ ਨਵੀਂ ਪੀੜ੍ਹੀ ਦਾ ਥੋੜਾ ਜਿਹਾ ਤੇ ਮੈਂ ਥੋੜੀ ਹੁਣ ਪੁਰਾਣੀ ਪੀੜ੍ਹੀ ਦਾ ਹੋ ਗਿਆ ਤੇ ਕੁਝ ਸੋਚੀਦਾ ਯਾਰ ਇਦਾਂ ਆ ਕੱਪੜੇ ਮੈਂ ਯਾਰ ਪਾਇਆ ਠੀਕ ਲੱਗੂਗੇ ਕਮਲ ਦੇਖਦਾ ਬਈ ਕਹਿੰਦਾ ਪਾਜੀ ਠੀਕ ਆ ਪਾਜੀ ਆ ਸ਼ੂ ਇਹ ਰੈੱਡ ਪਾ ਲਓ ਮੈਂ ਕਹਿੰਦਾ ਯਾਰ ਠੀਕ ਲੱਗਦੇ ਆ ਸੋ ਇਦਾਂ ਤਾਂ ਛੋਟ-ਛੋਟੀਆਂ ਸਲਾਹ ਜਿਹੜੀਆਂ ਹੁੰਦੀਆਂ ਉਹ ਬੰਦੇ ਨੂੰ ਤਾਂ ਕਿ ਜ਼ਿਆਦਾ ਮੈਂ ਠੀਕ ਲੱਗ ਰਿਹਾ ਮੇਰੀ ਆਦਤ ਤਾਂ ਮੈਂ ਘਰੋਂ ਵੀ ਜਦੋਂ ਸ਼ੋਅ ਤੇ ਜਾਣਾ ਹੋਵੇ ਤੇ ਮੈਂ ਕੱਪੜੇ-ਕੁਪੜੇ ਪਾ ਗੇ ਨਾ ਸਾਰਿਆਂ ਨੂੰ ਆ ਯਾਰ ਦੇਖੋ ਠੀਕ ਲੱਗਦੇ ਆ ਤੇ ਜੇ ਕਹਾਂ ਹਾਂ ਠੀਕ ਲੱਗਦੇ ਆ ਜੇ ਕਿਸੇ ਨੇ ਕਿਹਾ ਨਹੀਂ ਫਿਰ ਕਹਿੰਣਾ ਚਲ ਕੋ ਜ਼ਿਆਦਾ ਸਿੱਖੇ ਹੋਏ ਨੇ ਮਤਲਬ ਇੱਕ ਇੱਕ ਵੇਜ਼ੇ ਹੁੰਦਾ ਯਾਰ ਮੈਨੂੰ ਪਤਾ ਹੁੰਦਾ ਕਿ ਮੈਂ ਠੀਕ ਪਾਇਆ ਇਹ ਨਹੀਂ ਹੁੰਦਾ ਕਿ ਹੁਣ ਇੰਨਾ ਇੰਨੀ ਇੱਕ ਤਾਂ ਤਜਰਬਾ ਹੋ ਗਿਆ ਕਿ ਵੀ ਮੈਂ ਠੀਕ ਪਾਇਆ ਜਾਂ ਮੈਂ ਜੋ ਬਣਾਇਆ ਠੀਕ ਬਣਾਇਆ ਪਰ ਹੁੰਦਾ ਕਿ ਥੋੜੀ ਜੀ ਸਲਾਹ ਲੈ ਲਈ ਇਹ ਕੀ ਕਹਿੰਦਾ ਕਈ ਵਾਰ ਹੁੰਦਾ ਕਿ ਮੈਂ ਕੋਈ ਕੰਪੋਜੀਸ਼ਨ ਕਰ ਰਿਹਾ ਤੇ ਮੈਂ ਹੁਣ ਅੱਧਾ ਘੰਟਾ ਪੌਣਾ ਘੰਟਾ ਲੱਗਾ ਹੋਇਆ ਮਚਿਆਂ ਕੰਮ ਦੇ ਵਿੱਚ ਪੂਰੀ ਤਰ੍ਹਾਂ ਧਿਆਨ ਤੇ ਇਹ ਉਦੋਂ ਆਇਆ ਛੋਟਾ ਮੈਨੂੰ ਸੁਣਾਉਣਾ ਦੇਖ ਬਈ ਕਹਿੰਦਾ ਹਾਂ ਭਾਜੀ ਵਧੀਆ ਭਾਜੀ ਥੋੜਾ ਇੱਥੋਂ ਇਦਾਂ ਕਰਕੇ ਦੇਖੋ ਮੈਂ ਕਹਿੰਦਾ ਇਹ ਫਰੈਸ਼ਲੀ ਆਇ ਚਲੋ ਮੈਂ ਇੱਕ ਕਰਕੇ ਦਿਖਾ ਕੀ ਕਰ ਰਿਹਾ ਤੂੰ ਉਹਨੇ ਮੈਨੂੰ ਦਿਖਾਣਾ ਕਿ ਬਾਜੀ ਐਦਾਂ ਕੁਝ ਕਰ ਲੋ ਮੈਂ ਕਹਿੰਦਾ ਯਾਰ ਲੱਗਦਾ ਤਾਂ ਠੀਕ ਆ ਚੱਲ ਮੈਂ ਕਹਿੰਦਾ ਠੀਕ ਆ ਐਦਾਂ ਕਰ ਲੈ ਮਤਲਬ ਐਦਾਂ ਕੁਝ ਨਾ ਕੁਝ ਇਨਪੁਟ ਹੋ ਜਾਂਦੀ ਹੈ ਇੱਕ ਚੀਜ਼ ਹੋ ਜਾਂਦੀ ਹੈ ਇਨਪੁਟ ਐਨੀ ਬਿਲਕੁਲ ਪਰ ਜੇ ਹੋਰ ਆਪਾਂ 뮤זיਕ ਡਾਇਰੈਕਟਰ ਦੀ ਗੱਲ ਕਰੀਏ ਨਾ ਟ੍ਰੈਕ ਨੇ ਹਨਾ ਤੇ ਇਸ ਦੇ ਵਿੱਚ ਇੱਕ ਸਾ ਦਾ 뮤직 ਤਾਂ ਕਮਲ ਕਲੇਰ ਜੀ ਨੇ ਦਿੱਤਾ ਆ ਸਾਰੇ ਸਾਰੇ ਅੱਛਾ ਸਾਰੇ ਜੀ ਤਨੂ ਉਹਨਾਂ ਨੇ ਨਹੀਂ ਦਿੱਤਾ ਵਾਹ ਜੀ ਵਾਹ ਪਹਿਲਾਂ ਜਿਹੜੀ ਇੱਕ ਮੇਰਾ ਦਿਲ ਆਇਆ ਸੀ ਨਾ ਸਾਡਾ ਟ੍ਰੈਕ ਉਹਦੇ ਵਿੱਚ ਵੀ ਉਹਦਾ ਟਾਈਟਲ ਸੀ ਅਰਮਾਨ ਤੇ ਉਹ ਵੀ ਸਾਰੀ ਐਨੇ ਕੀਤੀ ਸੀ ਫਿਰ ਫ ਉਹ ਵੀ ਸਾਰੇ ਜਿਹੜੇ ਐਲਬਮ ਸੀ ਉਹਦਾ ਸਾਰਾ ਮਿਊਜ਼ਿਕ ਕੀਤਾ ਫਿਰ ਧਾਰਮਿਕ ਜਿੰਨੀਆਂ ਮੇਰੀਆਂ ਆਣੀਆਂ ਉਹ ਹੀ ਕਰ ਲਿਆ ਅੱਛਾ ਉਹ ਸਾਰੇ ਸਾਰੇ ਇਹੀ ਕਰਦ ਨੇ ਸੋ ਇੱਕ ਇੱਕ ਵਿਸ਼ਵਾਸ ਇੱਕ ਉਹ ਜਿਹਨੂੰ ਕਹਿੰਦੇ ਨੇ ਕਿ ਨਾਲ ਇੱਕ ਤੁਨਗੂਤੀ ਵਾਲਾ ਰਿਸ਼ਤਾ ਬਣਿਆ ਹੋਇਆ ਹੈ ਗੱਲ ਇਹ ਹੈ ਕਿ ਜਦੋਂ ਤੁਸੀਂ ਕੰਪੋਜੀਸ਼ਨ ਕਰਦੇ ਨਾ ਉਹਦੇ ਵਿੱਚ ਕੰਪੋਜੀਸ਼ਨ ਕਰਦੇ ਕਰਦੇ ਮਿਊਜ਼ਿਕ ਲੁਕਿਆ ਹੁੰਦਾ ਜਦੋਂ ਤੁਸੀਂ ਕੰਪੋਜੀਸ਼ਨ ਕਰਦੇ ਨਾ ਤੇ ਜਦੋਂ ਤੁਸੀਂ ਕਈ ਵਾਰੀ ਆਪਣੇ ਮੂਡ ਮੂਡ ਦੇ ਵਿੱਚ ਕੋਈ ਫਿਲਰ ਬਣਦਾ ਉਹਦਾ ਇੱਕ ਅਲੱਗ ਮਜ਼ਾ ਹੁੰਦਾ ਕਈ ਵਾਰੀ ਹੁੰਦਾ ਕਿ ਤੁਹਾਡਾ ਕੋਈ ਗਾਣਾ ਆ ਗਿਆ ਕੰਪੋਜੀਸ਼ਨ ਆ ਗਈ ਤੁਸੀਂ ਸੋਚ ਕੇ ਕੁਝ ਕਰਨਾ ਯਾਰ ਇੱਥੇ ਹੁਣ ਇਦਾਂ ਦਾ ਫਿਲਰ ਬਣਾ ਲਈ ਪਰ ਜਿਹੜਾ ਫਲੋ ਚ ਆਉਂਦਾ ਜੇ ਹੁਣ ਆਪਾਂ ਇੰਟਰਵਿਊ ਕਰ ਰਹੇ ਆ ਜਿਹੜੀ ਫਲੋ ਚ ਗੱਲ ਆ ਰਹੀ ਨਾ ਉਹਦਾ ਇੱਕ ਸਵਾਦ ਹੈ ਪਰ ਭਾਜੀ ਇੱਕ ਖਸਾਂ ਦੇ ਵਿੱਚ ਤੁਸੀਂ ਕਿਹਾ ਮਤਲਬ ਨੱਚ ਰਹੇ ਹੋ ਹਾਂ ਪਿੱਛੇ ਵਿੱਚ ਭਾਜੀ ਇਹਦੇ ਬਾਰੇ ਦੱਸੋ ਕਿੱਥੇ ਵੀਡੀਓ ਸ਼ੂਟ ਕੀਤਾ ਇਹ ਕੈਨੇਡਾ ਦੇ ਵਿੱਚ ਵੀਡੀਓ ਕੀਤਾ ਸੀ ਅਸੀਂ ਕੁਦਰਤੀ ਗੈਸ ਸੀ ਫੈਮਿਲੀ ਨਾਲ ਘੁੰਮਣ ਤੇ ਇੱਥੇ ਵੈਦਰ ਵੀ ਥੋੜਾ ਜਿਹਾ ਗਰਮੀ ਬਹੁਤ ਸੀਗੀ ਤੇ ਕੰਪਨੀ ਵਾਲਿਆਂ ਨੇ ਕਿਹਾ ਕਿ ਯਾਰ ਤੁਸੀਂ ਆਏ ਤਾਂ ਹੈਗੇ ਹੁਣ ਤੇ ਜਾ ਕੇ ਵੀਡੀਓ ਕਰਿਓ ਦੋ ਹਨਾ ਫਿਰ ਅਸੀਂ ਉੱਥੇ ਦੋ ਵੀਡੀਓ ਸ਼ੂਟ ਕੀਤੇ ਨਵਰਾਜ ਰਾਜ ਬਹੁਤ ਅੱਛਾ ਵੀਡੀਓ ਡਾਇਰੈਕਟਰ ਆ ਹਨ ਤੇ ਉਹਨੇ ਵੀਡੀਓ ਕੀਤੀ ਸਾਡੇ ਦੋ ਉਥੇ ਤੇ ਇੱਕ ਸਤਨਾਮ ਆ ਮੁੰਡਾ ਉਹਨੇ ਕੀਤਾ ਵੀਡੀਓ ਸੋ ਤਿੰਨ ਵੀਡੀਓ ਸਾਡੇ ਬਿਲਕੁਲ ਰੈਡੀ ਹੈ ਇੱਕ ਚੱਲਦਾ ਤੇ ਦੂਜਾ ਛੇਤੀ ਆ ਜਾਏਗਾ ਚਲੋ ਦੈਟਸ ਗ੍ਰੇਟ ਬਹੁਤ ਵਧੀਆ ਜੀ ਭਾਜੀ ਵੇਟ ਕਰ ਰਹੇ ਆ ਗਾਣਾ ਸੁਣਾ ਦਿਓ ਜੀ ਫਟਾਫਟ ਆ ਗਾਣਾ ਆਪਾਂ ਤੁਹਾਨੂੰ ਟਾਈਟਲ ਸੁਣਾਉਣੇ ਪਹਿਲਾਂ ਫੇਠੀਆ ਤੇਰੇ ਪਰਛਾਵਿਆਂ ਜਿੰਦ ਤੇਰੇ ਨਾਵਿਆਂ ਤੇਰੇ ਪਰਛਾਵਿਆਂ ਜਿੰਦ ਤੇਰੇ ਨਾਵਿਆਂ ਉਹ ਤੈਨੂੰ ਕੋਲ ਬਿਠਾ ਕੇ ਵੇ ਗੱਲ ਦਿਲ ਦੀ ਕਈ ਸਜਣਾ ਇੱਕ 사ਨਾ ਇੱਕ 사ਨਾ ਦੋਵਾਰੀ ਤੇਰਾ ਨਾਮ ਲਈਏ ਸਜਣਾ ਤੇਰਾ ਨਾਮ ਲਈਏ ਸਜਣਾ ਵਾਹ ਜੀ ਵਾਹ ਕੀ ਬਾਤ ਹੈ ਜੀ ਲੋ ਜੀ ਦੋਸਤੋ ਵੇਲਾ ਹੋ ਗਿਆ ਛੋਟੀ ਜਿਹੀ ਬ੍ਰੇਕ ਦਾ ਹੋਰ ਬਥੇਰੀਆ ਗੱਲਾਂ ਕਰਾਂਗੇ ਮਿਲਦੇ ਫਿਰ ਆਪਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਪੀਟੀਸੀ ਸੁਪਰਸਟਾਰ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਕੰਟ ਕਲੇਰ ਜੀ ਦੇ ਨਾਲ ਕੰਟ ਕਲੇਰ ਜੀ ਪੂਰੀ ਐਲਬਮ ਜਿਸ ਦੇ ਵਿੱਚ 9 ਗੀਤ ਨੇ ਉਸ ਦੇ ਵਿੱਚ ਇੱਕ ਗੀਤ ਆ ਚੁੱਕਿਆ ਜੀ ਵੀਡੀਓ ਆ ਚੁੱਕਿਆ ਹੈ ਬਹੁਤ ਜਲਦੀ ਤੁਸੀਂ ਦੂਸਰੀ ਵੀਡੀਓ ਵੀ ਲੈ ਕੇ ਆਉਂਗੇ ਹੁਣ ਇਸ ਜਿਹੜੀ ਐਲਬਮ ਦੇ ਬਾਰੇ ਜਿਹੜਾ ਰਿਸਪੌਂਸ ਹੈ ਲੋਕਾਂ ਵੱਲੋਂ ਉਹ ਕੀ ਰਿਹਾ ਕੀ ਹੋਇਆ ਰਿਸਪੌਂਸ ਹੈ ਸਤਹਲ ਇਦਾਂ ਹੈ ਕਿ ਮੇਰੀਆਂ ਜਿੰਨੀਆਂ ਵੀ ਐਲਬਮ ਹੁਣ ਤੱਕ ਆਈਆਂ ਨਾ ਇਹ ਜਦੋਂ ਦਾ ਆਇਆ ਸੋਸ਼ਲ ਮੀਡੀਆ ਦਾ ਯੁੱਗ ਆ ਗਿਆ ਪਹਿਲਾਂ ਤਾਂ ਚਲੋ ਸੀਡੀ ਆਡੀਓ ਵਿਕਦਾ ਸੀ ਨਾ ਤੇ ਇਹ ਐਲਬਮ ਦਾ ਮੈਨੂੰ ਮਤਲਬ ਆਪਣੀ ਸੋਚ ਤੋਂ ਵੱਧ ਰਸ ਮ ਉਸ ਆਇਆ ਕਿਉਂਕਿ ਮੇਰੇ ਖਾਲ ਅਜੇ ਸਾਡੀ 1 ਵੀਕ ਹੋਇਆ ਇੱਕ ਐਲਬਮ ਆ ਸਾਡੀ ਆਈ ਨੂੰ ਔਰ ਉਹਦੇ ਵਿੱਚ 4 ਮਿਲੀਅਨ ਤੋਂ ਵੱਧ ਲੋਕਾਂ ਨੇ ਸਾਡੀ ਟੇਪ ਜਿਹੜੀ ਆਈ ਤੋਂ ਡਾਊਨਲੋਡ ਕੀਤੀ ਹੈ ਔਰ ਜਿਹੜਾ ਟਾਈਟਲ ਗੀਤ ਆ 2 ਮਿਲੀਅਨ ਤੱਕਲਾ ਉਹੀ ਡਾਊਨਲੋਡ ਹੋਇਆ ਔਰ ਜਿਹੜਾ ਵੀਡੀਓ ਆ ਉਹ ਮੇਰੇ ਖਾਲ 230 ਹਜ਼ਾਰ ਦੇ ਕਰੀਬ ਆ ਲੋਕਾਂ ਨੇ ਵੇਖ ਲਿਆ ਤਾਂ ਉਹ ਉਹ ਜਿਹੜੇ ਅਸਲੀ ਵਿਊ ਆ ਹੁਣ ਤੁਸੀਂ ਨੈਕਸਟ ਟਰੈਕ ਜਿਹੜਾ ਹੈਗਾ ਉਹ ਕਿਹੜੀ ਪਲਾਨ ਕਰ ਰਹੇ ਹੋ ਕਿਹੜੀ ਲੈ ਕੇ ਆ ਰਹੇ ਮੈਂ ਕਦੇ ਲਾਈਵ ਵੀ ਨਹੀਂ ਹੁੰਦਾ ਸੀ ਮੈਨੂੰ ਤਾਂ ਲਾਈਵ ਹੀ ਨਹੀਂ ਹੋਣਾ ਹੁੰਦਾ ਸੀਗਾ ਆਪਣੇ ਫੇਸਬੁੱਕ ਤੇ ਤੇ ਮੈਨੂੰ ਸਲੀਮ ਨੇ ਦੱਸਿਆ ਕਿ ਭਾ ਯਾਰ ਏਦਾਂ ਲਾਈਵ ਹੋਣਾ ਸੋ ਹੁਣ ਮੈਂ ਲਾਈਵ ਇੱਕ ਦੋ ਵਾਰੀ ਪੁੱਛ ਆਪਣੇ ਜਿਹੜੇ ਚਾਹਣ ਵਾਲਿਆਂ ਨੂੰ ਪੁੱਛਿਆ ਕਿ ਯਾਰ ਤੁਹਾਨੂੰ ਕਿਹੜਾ ਗਾਣਾ ਚੰਗਾ ਲੱਗ ਰਿਹਾ ਹਰ ਇੱਕ ਨੂੰ ਕੋਈ ਨਾ ਕੋਈ ਆਪਣੇ ਆਪਣੇ ਥਿਊ ਆ ਕੇ ਸਾਨੂੰ ਤਾਰਾ ਹੀ ਗਾਣਾ ਚੰਗਾ ਲੱਗਦਾ ਜੀ ਸਾਨੂੰ ਸਵਾਲ ਗਾਣਾ ਚੰਗਾ ਲੱਗਦਾ ਸਾਨੂੰ ਸਵਾਟਰ ਗਾਣਾ ਚੰਗਾ ਲੱਗਦਾ ਤੋਂ ਜ਼ਿਆਦਾ ਜਿਹੜਾ ਹਾਂ ਸਵਾਟਰ ਗਾਣਾ ਇਹ ਕਿਹਾ ਉਹ ਬਹੁਤ ਵਧੀਆ ਗਾਣਾ ਉਹ ਪਾ ਕੇ ਜਾ ਕੇ ਸੁਣਾਉਣੇ ਵੀ ਤੁਹਾਨੂੰ ਤੇ ਹੁਣ ਅਸੀਂ ਇੱਕ ਸਵਾਲ ਦਾ ਜਿਹੜਾ ਗਾਣਾ ਨਾ ਜਿਹੜਾ ਕੈਨੇਡਾ ਕਰਕੇ ਉਹਦਾ ਵੀਡੀਓ ਬਣਾਇਆ ਪਹਿਲਾਂ ਉਹ ਲਾਵਾਂਗੇ ਫਿਰ ਇੱਕ ਸਾਜਿਸ਼ ਗਾਣਾ ਉਹ ਲਾਵਾਂਗੇ ਫਿਰ ਸਵੈਟਰ ਲਾਵਾਂਗੇ ਭਾਜੀ ਫਿਰ ਇਹਦੇ ਪਿੱਛੇ ਦੱਸੋ ਸਵੈਟਰ ਇਹਦੇ ਦੋ ਲਾਈਨਾਂ ਮੈਂ ਉਹ ਸਾਜ਼ਿਸ਼ ਤੇ ਜਿਹੜਾ ਉਹ ਹੈ ਪਰ ਜਿਹੜਾ ਦੂਸਰਾ ਹੁਣ ਇੱਕ ਸਵਾਲ ਉਹਦੇ ਬਾਰੇ ਤਾਂ ਮੈਂ ਬਾਅਦ ਚ ਗੱਲ ਕਰੂੰਗਾ ਸਵੈਟਰ ਆ ਭਾਜੀ ਇਹ ਬੜਾ ਘੈਂਟ ਜਿਹਾ ਟਾਈਟਲ ਆ ਗਈ ਚੱਕਰ ਹਾਂ ਤੇ ਇੱਕ ਮੇਰਾ ਦੋਸਤ ਆ ਉੱਥੇ ਅਮਰੀਕਾ ਤੇ ਮੈਂ ਉਹਦੇ ਕੋਲ ਬੈਠਾ ਇਦਾਂ ਮੈਂ ਕਿਹਾ ਯਾਰ ਉੱਥੇ ਹੁਣ ਆਮ ਤੌਰ ਤੇ ਜ਼ਿਆਦਾ ਠੰਡ ਹੀ ਰਹਿੰਦੀ ਹੈ ਬੜੀਆਂ ਸੋਹਣੀਆਂ ਸੋਹਣੀਆਂ ਜੈਕਟਾਂ ਪਾਈਆਂ ਮੈਂ ਯਾਰ ਜੈਕਟ ਬੜੀ ਵਧੀਆ ਮੈਂ ਕਿਹਾ ਵੀ ਕੀ ਬਾਤ ਹੈ ਨਾ ਬੜੀ ਵਧੀਆ ਕਹਿੰਦਾ ਭਾਜੀ ਕਿੱਥੇ ਕਹਿੰਦਾ ਇਹ ਜੈਕਟਾਂ ਚ ਮੈਂ ਕਿਹਾ ਯਾਰ ਕਿਉਂ ਉਦਾਸੀ ਜੀ ਗੱਲ ਕਹਿੰਦਾ ਜੋ ਨਿੱਗ ਨਾ ਮਾਂ ਦੇ ਹੱਥਾਂ ਦੇ ਬਣੇ ਦਾ ਸਵਾਟਰ ਦਾ ਸੀ ਉਹ ਕਹਿੰਦੇ ਨਾ ਜੈਕਟਾਂ ਚਾਹੀਦਾ ਕਹਿੰਦਾ ਕਿ ਮੈਂ ਭਾਜੀ ਗੀਤ ਵੀ ਲਿਖਿਆ ਸੁਣੋ ਉਹ ਜਦੋਂ ਉਹਨੇ ਮੈਨੂੰ ਗੀਤ ਸੁਣਾਇਆ ਤੁਹਾਨੂੰ ਲੱਗੇ ਮੇਰੇ ਅੱਖਾਂ 'ਚ ਉੱਥੇ ਪਾਣੀ ਆ ਗਿਆ ਮੈਨੂੰ ਇੰਨਾ ਉਹ ਸੋਹਣਾ ਲਿਖਿਆ ਇੰਨਾ ਵਧੀਆ ਹੋਰ ਬੰਦੇ ਨੇ ਪਰੋਇਆ ਤੇ ਮੈਂ ਕਹਾਂ ਲੈ ਬਈ ਇਹ ਮਿੱਤਰਾ ਮੈਂ ਗੀਤ ਗਾਉਣਾ ਗਾਉਣਾ ਕਿਸੇ ਨੂੰ ਦਿਖਾਈ ਬਿਨਾ ਸੁਣਾਉਣਾ ਤਾਂ ਕੀ ਮੈਂ ਕਹਾਂ ਦਿਖਾਉਣਾ ਹੋਵੇ ਨਹੀਂ ਸੋ ਉਹਦੀਆਂ ਦੋ ਕ ਲਾਈਨਾਂ ਸੁਣਾਉਣਾ ਚੰਗਾ ਲੱਗੂਗਾ ਸਾਰਿਆਂ ਗਾਲੇ ਵਿੱਚ ਮਫਲਰ ਨਾਈਕੀ ਦੇ ਤੇ ਕੈ ਪਾੜੀ ਦਾਸ ਦਿਆਂ ਮਹਿੰਗੇ ਮਹਿੰਗੇ ਕੋਟ ਜੈਕਟਾਂ ਠਰੀਆਂ ਠਰੀਆਂ ਜਾਪਦੀਆਂ ਉਹਦੇ ਹੱਥਾਂ ਵਿੱਚ ਜਾਦੂ ਸੀ ਜਾਂ ਰਹਿਮਤ ਉਸਦੇ ਗੁਣ ਦੀ ਸੀ ਇਹ ਉਹਨਾਂ ਵਰਗਾ ਨਿਗ ਨਹੀਂ ਦਿੰਦੇ ਉਹ ਜਿਹੜੇ ਮਾਸ ਵਾਟਰ ਬੁਣਦੀ ਸੀ ਉਹ ਮੇਰੀ ਬੇਬੇ ਸਵਾਟਰ ਬੁੰਦੀ ਸੀ ਕੀ ਬਾਤ ਹੈ ਵਾਕੇ ਜੀ ਸੇ ਗਾਣਾ ਮੈਨੂੰ ਬਹੁਤ ਬਹੁਤ ਤੁੰਬਿਆ ਮੈਨੂੰ ਮੈਂ ਕਿਹਾ ਵੀ ਇਹ ਗਾਣਾ ਮੈਂ ਜ਼ਰੂਰ ਗਾਣਾ ਔਰ ਜਿੰਨੇ ਵੀ ਵਿਦੇਸ਼ਾਂ ਵਿੱਚ ਬੈਠੇ ਆ ਉਹਨਾਂ ਨੂੰ ਇਹ ਬਹੁਤ ਚੰਗਾ ਉਹਨਾਂ ਨੂੰ ਚੰਗਾ ਲੱਗੇਗਾ ਬਿਲਕੁਲ ਜੀ ਇਹ ਤਾਂ ਬਿਲਕੁਲ ਤੁਸੀਂ ਸਹੀ ਗੱਲ ਕੀਤੀ ਸ਼ਾਇਦ ਜਿਹੜੇ ਹੁਣ ਨਵੇਂ-ਨਵੇਂ ਬੱਚੇ ਨੇ ਉਹਨਾਂ ਨੂੰ ਸ਼ਾਇਦ ਇਹ ਚੀਜ਼ਾਂ ਦਾ ਨਾਂ ਪਤਾ ਚੱਲਣ ਪਰ ਇਹ ਚੀਜ਼ਾਂ ਉਹ ਨੇ ਜਿਹੜੀਆਂ ਜੜੀਆਂ ਹੋਈਆਂ ਨੇ ਇਮੋਸ਼ਨਲੀ ਜੜੀਆਂ ਹੋਈਆਂ ਨੇ ਕਿ ਬੁੱਦੀ ਜੀ ਵੀ ਲੋਕ ਜਿਹੜੇ ਸਾਹਿਤ ਨੂੰ ਪਿਆਰ ਕਰਦੇ ਆ ਪੰਜਾਬੀ ਸੰਗੀਤ ਨੂੰ ਬਹੁਤ ਦਿਲੋਂ ਪਿਆਰ ਕਰਦੇ ਆ ਉਹਨਾਂ ਦੀਆਂ ਇੰਨੀਆਂ ਦੁਆਵਾਂ ਆ ਜਾਂ ਕਹਿੰਦੇ ਯਾਰ ਇਦਾਂ ਦੀ ਗੱਲ ਤੁਸੀਂ ਕਰ ਸਕਦੇ ਹੋ ਔਰ ਤੁਹਾਡੇ ਮੂੰਹ ਜੱਜਦੀ ਆ ਸੋ ਮੈਨੂੰ ਮੈਨੂੰ ਲੱਗਦਾ ਕਿ ਜਿਹੜੇ ਲੋਕ ਮੇਰੇ ਬਾਰੇ ਇਦਾਂ ਸੋਚਦੇ ਆ ਜਿਨ੍ਹਾਂ ਨੂੰ ਲੱਗਦਾ ਕਿ ਹਾਂ ਯਾਰ ਇਹ ਇਹ ਕੰਮ ਇਹੇ ਕਰ ਸਕਦਾ ਤੇ ਮੈਨੂੰ ਫਿਰ ਕਰਨਾ ਵੀ ਚਾਹੀਦਾ ਰੋਜ਼ੀ ਰੋਟੀ ਦਾ ਮਸਲਾ ਤਾਂ ਠੀਕ ਆ ਉਹ ਚੱਲੀ ਜਾਂਦਾ ਪਰ ਕੁਝ ਨਾ ਕੁਝ ਇਦਾਂ ਦਾ ਵੀ ਕਰਨਾ ਚਾਹੀਦਾ ਵੈਰੀ ਗੁੱਡ ਬਰੀ ਸੋ ਭਾਜੀ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਇਹ ਵੀ ਟਰੈਕ ਬਹੁਤ ਵਧੀਆ ਚੱਲੇ ਜਿਵੇਂ ਕਿ ਤੁਹਾਡੀ ਪੂਰੀ ਐਲਬਮ ਬਹੁਤ ਵਧੀਆ ਚੱਲ ਰਹੀ ਹੈ ਵੀਡੀਓ ਬਹੁਤ ਅੱਛਾ ਇਹਦਾ ਬਣਾਵਾਂਗੇ ਬਣਾਵਾਂਗੇ ਬਰਾਵੋ ਹੋਏਗਾ ਹਾਂਜੀ ਬਿਲਕੁਲ ਜੀ ਕਿਉਂਕਿ ਉਹ ਇਮੋਸ਼ਨਲੀ ਜੋੜਨਾ ਬਹੁਤ ਜ਼ਰੂਰੀ ਹੁੰਦਾ ਪਰ ਇੱਕ ਐਕਸਪੈਕਟੇਸ਼ਨਸ ਦੇ ਤੌਰ ਤੇ ਲੋਕਾਂ ਦੇ ਲਈ ਤੁਸੀਂ ਅੱਗੇ ਫਿਊਚਰ ਪਲਾਨ ਕੀ ਨੇ ਕਿ ਕਿਸ ਤਰ੍ਹਾਂ ਤੁਸੀਂ ਉਹਨਾਂ ਦੀ ਐਕਸਪੈਕਟੇਸ਼ਨਸ ਤੇ ਖਰੇ ਉਤਰੋਗੇ ਉਹ ਚੇਂਜ ਵੀ ਕਰ ਰਹੇ ਕਿ ਯੂਥ ਨੂੰ ਨਾਲ ਜੋੜੀਏ ਠੀਕ ਹੈ ਜੋ ਅਸੀਂ ਜੋ ਕਰ ਰਹੇ ਆ ਉਹਦੇ ਨਾਲ ਜਿਹੜੇ ਸਾਡੇ ਪੁਰਾਣੇ ਸਰੋਤੇ ਅਚਰਾਂ ਦੇ 18 ਸਾਲ ਤੋਂ ਜੁੜੇ ਆ ਉਹ ਤਾਂ ਜੁੜੇ ਹੀ ਆ ਹੁਣ ਹੁਣ ਸਾਡੀ ਇੱਕੋ ਇੱਕ ਜਿਹੜੀ ਟਾਰਗੇਟ ਹੈ ਕਿ ਯੂਥ ਨੂੰ ਨਾਲ ਜੋੜਨਾ ਉਹੀ ਗੱਲ ਕਿ ਸੁਣਨਾ ਚਾਹੁੰਦੇ ਇਹ ਨਹੀਂ ਕਿ ਯੂਥ ਨਹੀਂ ਸੁਣਨਾ ਚਾਹੁੰਦਾ ਚੰਗੇ ਗਾਣੇ ਉਹ ਸੁਣਨਾ ਚਾਹੁੰਦੇ ਆ ਪਰ ਗੱਲ ਉਹੀ ਕਿ ਬਹੁਤ ਘੱਟ ਆਉਂਦਾ ਬਹੁਤ ਘੱਟ ਪ੍ਰੋਸੈਸ ਜਾਂਦਾ ਸੋ ਅਸੀਂ ਕੋਸ਼ਿਸ਼ ਕਰਦੇ ਰਵਾਂਗੇ ਕਿ ਚੰਗਾ ਗੀਤ ਹੋਵੇ ਉਹਦੇ ਨਾਲ ਜੀ ਯੂਥ ਨੂੰ ਜੋੜਨ ਦਾ ਕੀ ਹੈ ਕਿ ਉਹਦੇ ਨਾਲ 뮤זיਕ ਦੇ ਵਿੱਚ ਤੁਸੀਂ ਚੰਗਾ ਟ੍ਰੀਟਮੈਂਟ ਕਰੋ ਵੈਸਟਰਨ ਰਾਈਜ਼ ਕੰਮ ਕਰੋ ਜਿਹੜਾ ਯੂਥ ਨੂੰ ਚੰਗਾ ਲੱਗਦਾ ਹੁਣ ਜਿਵੇਂ ਅਸੀਂ ਸਾਰੇ ਗਾਣੇ ਬਣਾ ਲਏ ਸੀ ਇੱਕ ਸਾ ਗੀਤ ਅਸੀਂ ਸਿਰਫ ਯੂਥ ਲਈ ਬਣਾਇਆ ਕਾਰਨ ਕਿ ਉਹਨੂੰ ਵੈਸਟਰਨ ਰਾਈਜ਼ ਰੱਖਿਆ ਕਿ ਗਾਣਾ ਰੋਮੈਂਟਿਕ ਹੈ ਉਦੇ ਬੋਲ ਹਲਕੇ ਫੁਲਕੇ ਜਾਈਆ ਲੇਕਿਨ ਯੂਥ ਨੂੰ ਚੰਗਾ ਲੱਗੇ ਟਿਊਨ ਚੰਗੀ ਲੱਗੇ ਮਿਊਜ਼ਿਕ ਚੰਗਾ ਲੱਗੇ ਉਹ ਨਾਲ ਨਾਲ ਇੰਜੋਏ ਕਰਨਾ ਤੇਰੇ ਪਰਛਾਵੇਂ ਆ ਜਿੰਦ ਤੇਰੇ ਨਾਵਿਆਂ ਮਤਲਬ ਉਹਨਾਂ ਨੂੰ ਬੀਟ ਵੀ ਚੰਗੀ ਲੱਗੀ ਬਿਲਕੁਲ ਜੀ ਬਿਲਕੁਲ ਜੀ ਟਾਈਮ ਦੇ ਨਾਲ ਨਾਲ ਬੰਦ ਨੂੰ ਚੇਂਜ ਕਰਨਾ ਵੀ ਚਾਹੀਦਾ ਉਹ ਚੇਂਜ ਅਸੀਂ ਉਹ ਕਰ ਰਹੇ ਹਾਂ ਹਾਂ ਜੀ ਠੀਕ ਹੈ ਤੇ ਹੁਣ ਆ ਦੇਖੋ ਆ ਚੱਗਾ ਵੀ ਚੇਂਜ ਕਰ ਲਿਆ ਠੀਕ ਹੈ ਕਪੜੇ-ਕਪੜੇ ਵੀ ਚੇਂਜ ਹੋ ਚੁੱਕੇ ਨੇ ਹੌਲੀ-ਹੌਲੀ ਚੇਂਜ ਕਰਾਂਗੇ ਤੇ ਨਾਲ ਲੋਕਾਂ ਨੂੰ ਜੋੜਾਂਗੇ ਨਵੇਂ ਨੂੰ ਵੀ ਜੋੜਾਂਗੇ ਆਪਾਂ ਭਾਜ ਨਾਲ ਖੇਡਾਂਗੇ ਜੀ ਕੁਇਕ ਫਾਇਰ ਰਾਉਂਡ ਰਹੀ ਹੋਏਗਾ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੋਸਤੋ ਫਿਰ ਆਪਾਂ ਮਿਲਦੇ ਆਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫੇ ਤੁਹਾਡਾ ਬਹੁਤ ਬਹੁਤ ਸਵਾਗਤ ਪੀਟੀਸੀ ਸੁਪਰਸਟਾਰ ਦੇਵੇ ਗੱਲਬਾਤ ਚੱਲ ਰਹੀ ਜੀ ਕੰਟ ਕਲੀਅਰ ਜੀ ਦੇ ਨਾਲ ਵਾਕਈ ਬਾਜੀ ਕਿਵੇਂ ਟਾਈਮ ਅੱਗੇ ਵੱਧਦਾ ਜਾ ਰਿਹਾ ਪਤਾ ਹੀ ਨਹੀਂ ਲੱਗ ਰਿਹਾ ਬਹੁਤ ਮਜ਼ਾ ਆ ਰਿਹਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਵੈਸੇ ਤਾਂ ਇਹ ਜਿਹੜਾ ਹੁਣ ਰਾਉਂਡ ਹੈ ਇਹ ਸੈਗਮੈਂਟ ਹੈ ਕੁਐਸਚਨ ਆਨਸਰ ਦਾ ਸੈਗਮੈਂਟ ਹੈ ਕਿ ਮਤਲਬ ਕੁਇਕ ਫਾਇਰ ਰਾਉਂਡ ਜਿਸ ਦੇ ਬਾਰੇ ਮੈਂ ਗੱਲ ਕੀਤੀ ਸੀ ਅਸੀਂ ਕੁਝ ਤੁਹਾਡੇ ਤੋਂ ਕੁਐਸਚਨ ਪੁੱਟ ਕਰਾਂਗੇ ਤੇ ਉਹਦਾ ਤੁਸੀਂ ਮੈਕ ਹਣਾ ਜੀ ਪਰ ਉਸ ਤੋਂ ਪਹਿਲਾਂ ਜਿਹੜਾ ਤੁਹਾਡਾ ਲੇਟੈਸਟ ਟਰੈਕ ਹੈ ਇੱਕ ਸਵਾਲ ਇਹ ਸਾਨੂੰ ਸੁਣਾਉ ਦਿਓ ਜੀ ਹਾਂ ਜੀ ਜ਼ਰੂਰ ਤਿੱਖੀਆਂ ਸੂਲਾਂ ਵਰਗੇ ਕੁਝ ਸਵਾਲ ਨੇ ਯਾਰਾ ਤਿੱਖੀਆਂ ਸੂਲਾਂ ਵਰਗੇ ਕੁਝ ਸਵਾਲ ਨੇ ਯਾਰਾ ਤੂੰ ਜਦੋਂ ਦਾ ਛੱਡ ਗਿਓ ਤੂੰ ਜਦੋਂ ਦਾ ਛੱਡ ਗਿਓ ਐ ਮੇਰੇ ਨਾਲ ਨੇ ਯਾਰਾ ਤਿੱਖੀਆਂ ਸੂਲਾ ਵਰਗੇ ਕੁਝ ਸਵਾਲ ਨੇ ਯਾਰਾ ਕੀ ਬਾਤ ਹੈ ਜੀ ਕੀ ਬਾਤ ਹੈ ਜੀ ਵੈਰੀ ਗੁੱਡ ਜੀ ਕਮਾਲ ਦੀਆਂ ਲਾਈਨਾਂ ਗੀਤ ਦੇ ਵਿੱਚ ਇੱਕ ਖਾਸ ਚੀਜ਼ ਹੁੰਦੀ ਹੈ ਤੁਹਾਡੇ ਤੇ ਉਹ ਦੇਖਣ ਨੂੰ ਮਿਲਦੀ ਹੈ ਇਸੇ ਕਰਕੇ ਲੋਕੀ ਤੁਹਾਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਨੇ ਲੋ ਜੀ ਫਿਰ ਆਪਾਂ ਹੁਣ ਖੇਡਦੇ ਆਂ ਜੀ ਕੁਇਕ ਫਾਇਰ ਰਾਉਂਡ ਠੀਕ ਹੈ ਜੀ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਮੈਂ ਇੱਕ ਕੁਐਸਚਨ ਪੁੱਟ ਕਰੂੰਗਾ ਉਹ ਦਾ ਤੁਸੀਂ ਮੈਕਸਿਮਮ ਇੱਕ ਲਾਈਨ ਦੇ ਵਿੱਚ ਆਨਸਰ ਦੇਣਾ ਠੀਕ ਹੈ ਜੀ ਕੰਟ ਕਲੀਅਰ ਜੀ ਦੀ ਯੂਐਸਪੀ ਕੀ ਹੈ ਮੇਰੀ ਆਵਾਜ਼ ਤੇ ਮੇਰੇ ਗੀਤ ਤੁਹਾਡਾ ਆਲ ਟਾਈਮ ਫੇਵਰਿਟ ਟਰੈਕ ਇੱਕ ਮੇਰਾ ਦਿਲ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਲਈ ਸਭ ਤੋਂ ਖਾਸ ਚੀਜ਼ ਕੀ ਹੈ ਜਿਹੜੇ ਆਪਾਂ ਕਹੀਏ ਪ੍ਰੈਸ਼ੀਅਸ ਥਿੰਗ ਮਾਪੇ ਬਾਪ ਜੀ ਤੁਸੀਂ ਸਭ ਤੋਂ ਜ਼ਿਆਦਾ ਕਿਹੜੀ ਜਗ੍ਹਾ ਤੇ ਟਰੈਵਲ ਕਰਨਾ ਪਸੰਦ ਕਰਦੇ ਹੋ ਤੇ ਕਿਉਂ ਕੈਨੇਡਾ ਵੈਨਕੂਵਰ ਕਿਉਂਕਿ ਉੱਥੇ ਬਹੁਤ ਸਾਰੇ ਦੋਸਤ ਮਿੱਤਰ ਨੇ ਤੇ ਉੱਥੇ ਟਾਈਮ ਸਪੈਂਡ ਕਰਕੇ ਚੰਗਾ ਲੱਗਦਾ ਬਾਪ ਜੀ ਤੁਸੀਂ ਸਭ ਤੋਂ ਜ਼ਿਆਦਾ ਨਰਵਸ ਕਦੋਂ ਹੁੰਦੇ ਹੋ ਹਰ ਸ਼ੋਅ ਤੋਂ ਪਹਿਲਾਂ ਥੋੜਾ ਜਿਹਾ ਨਰਵਸ ਹੋ ਜਾਣਾ ਪਰ ਬਹੁਤਾ ਨਹੀਂ ਥੋੜਾ ਜਿਹਾ ਬਾਪ ਜੀ ਤੁਹਾਡੇ ਗੀਤ ਹਰ ਗੱਡੀ ਦੇ ਵਿੱਚ ਵੱਜਦੇ ਨੇ ਭਾਵੇਂ ਹਿੰਦੁਸਤਾਨ ਹੋਵੇ ਤੇ ਵਿਦੇਸ਼ ਹੋਵੇ ਹੈ ਪਰ ਕੰਟ ਕਲੇਰ ਜੀ ਦੀ ਗੱਡੀ ਦੇ ਵਿੱਚ ਕਿਹੜਾ ਗੀਤ ਵੱਜਦਾ ਹਰੋ ਸਿੰਘ ਜਿਹੜਾ ਸੁਰੀਲਾ ਪਾਜੀ ਤੁਹਾਡਾ ਸਭ ਤੋਂ ਫੇਵਰੇਟ ਪੰਜਾਬੀ ਮੇਲ ਸਿੰਗਰ ਤੇ ਫੀਮੇਲ ਸਿੰਗਰ ਆ ਮੇਲ ਚ ਗੁਰਦਾਸ ਮਾਨ ਸਾਹਿਬ ਜੀ ਔਰ ਸਾਡੇ ਨਾਲ ਸ਼ੋਅ ਤੇ ਗਈ ਸੀ ਕੁੜੀ ਹਰਸ਼ਦੀਪ ਕਾਫੀ ਧੇਰ ਪਹਿਲਾਂ ਉਹਦੀ ਆਵਾਜ਼ ਬੜੀ ਮਿੱਠੀ ਲੱਗਦੀ ਹੈ ਤੇ ਤੁਹਾਡੇ ਬਾਲੀਵੁੱਡ ਫੇਵਰੇਟ ਫੀਮੇਲ ਸਿੰਗਰ ਤੇ ਮੇਲ ਸਿੰਗਰ ਫੀਮੇਲ ਚ ਸੁਨੀਦੀ ਜੋਹਾਨ ਬਹੁਤ ਚੰਗੀ ਲੱਗਦੀ ਹੈ ਔਰ ਸੋਨੂ ਨਿਗਮ ਸਾਹਿਬ ਉਹਨਾਂ ਦਾ ਮੈਂ ਬਹੁਤ ਫੈਨ ਹਾਂ ਪਾਜੀ ਪੰਜ ਚੀਜ਼ਾਂ ਜੋ ਤੁਸੀਂ ਹਮੇਸ਼ਾ ਆਪਣੇ ਨਾਲ ਕੈਰੀ ਕਰਦੇ ਹੋ ਇੱਕ ਤਾਂ ਘੜੀ ਦਾ ਧਿਆਨ ਰੱਖੀਦਾ ਦੂਸਰਾ ਪਰਸ ਲੈ ਕੇ ਜਾਈਦਾ ਨਾਲ ਤੇ ਤੀਸਰਾ ਦੋ ਕੁ ਡਰੈਸਾਂ ਰੱਖੀ ਦੀਆਂ ਗੱਡੀ ਦੇ ਵਿੱਚ ਕਿ ਕਿਤੇ ਵੀ ਲੋਡ ਪੈ ਸਕਦੀ ਜਦੋਂ ਅੱਜ ਇੰਟਰਵਿਊ ਆ ਕੋਈ ਵੀਡੀਓ ਵੀ ਹੋ ਸਕਦਾ ਸੋ ਖਾਣਾ ਜ਼ਰੂਰ ਰੱਖਣਾ ਨਾਲ ਵੀ ਘਰੋਂ ਬਣਾ ਕੇ ਲੈ ਕੇ ਜਾਈਏ ਇਹ ਫਿਰ ਮੋਬਾਈਲ ਤੇ ਚਾਰਜਰ ਹਾਂ ਇਹ ਚਾਰਜਰ ਦਾ ਮੈਨੂੰ ਪਤਾ ਭਾਜੀ ਉਹ ਟੇਪ ਵਾਲਾ ਚਾਰਜਰ ਹੈ ਚਮਕੀ ਦੀ ਟੇਪ ਲੱਗੀ ਹੋਈ ਹੈ ਉਸ ਤੇ ਕਿਉਂਕਿ ਜਿਹੜੇ ਵੀ ਆਈਫੋਨ ਦੇ ਚਾਰਜਰ ਹਨ ਉਹ ਖਰਾਬ ਬਹੁਤ ਹੁੰਦੇ ਆ ਜੇ ਦੇਖੋ ਛੇਪਲ ਪੇੜ ਲਓ ਜਿਆਦਾ ਟਾਈਂ ਕਰਦੇ ਠੀਕ ਜੰਦੇ ਅੱਜ ਭਾਜੀ ਉਹ ਤਿੰਨ ਚੀਜ਼ਾਂ ਕੰਟ ਕਲੇਰ ਜੀ ਦੀਆਂ ਜਿਸ ਦੇ ਬਾਰੇ ਲੋਕਾਂ ਨੂੰ ਨਹੀਂ ਪਤਾ ਇੱਕ ਤਾਂ ਮੈਂ ਸ਼ੌਕਰ ਖੇਡਦਾ ਫੁੱਟਬਾਲ ਮੇਰੇ ਖਿਆਲ ਬਹੁਤਾ ਕਿਸੇ ਨੂੰ ਨਹੀਂ ਪਤਾ ਹੋਣਾ ਨਾ ਤੇ ਇੱਕ ਜਿੱਦਾਂ ਮੇਰੀ ਆਦਤ ਹੈ ਵੀ ਸਵੇਰੇ ਉੱਠ ਕੇ ਜਦੋਂ ਮੈਂ ਉੱਠਦਾ ਹਾਂ ਸਵੇਰੇ ਤੇ ਮੈਂ ਚਿੜੀਆਂ ਲਈ ਥੋੜਾ ਜਿਹਾ ਛਤਰਾ ਜਿਹਾ ਜਿਹਾ ਬਣਾਇਆ ਹੁੰਦਾ ਜਾਂ ਲੈ ਕੇ ਬਾਜ਼ਾਰੋਂ ਉਹਨਾਂ ਨੂੰ ਪਾਉਣਾ ਤੇ ਪਾਣੀ ਰੱਖਣਾ ਉਹਨਾਂ ਨੂੰ ਕਿਉਂਕਿ ਅੱਜ ਦਾ ਮੌਸਮ ਆਪਾਂ ਦੇਖਦੇ ਹਾਂ ਕਿਵੇਂ ਦਾ ਹੈ ਤੇ ਉਹ ਮੇਰੀ ਇੱਕ ਨੈਚਰ ਆ ਸੁਭਾਅ ਆ ਕਿ ਉਹ ਸਵੇਰੇ ਉੱਠ ਕੇ ਜ਼ਰੂਰ ਦੇਖਣਾ ਕਿ ਪਾਣੀ ਹੈਗਾ ਕੁਜਿਆਂ-ਜਿਆਂ ਦੇ ਵਿੱਚ ਦਾਣੇ ਹੈਗੇ ਨੇ ਚੁੜਚੜੀਆਂ ਲਈ ਖਾਣ ਲਈ ਤੇ ਇੱਕ ਇਹ ਕਿ ਮੈਨੂੰ ਜਿਹੜਾ ਭੱਦਾ ਮਜ਼ਾਕ ਜਾਂ ਕਿਸੇ ਤੇ ਜਿਆਤੀ ਹੁੰਦੀ ਨਾਲ ਜਾਂ ਆਪਣੇ ਨਾਲ ਨਾ ਕਿਸੇ ਨਾਲ ਉਹ ਬਰਦਾਸ਼ਤ ਨਹੀਂ ਬਰਦਾਸ਼ਤ ਮਤਲਬ ਗੁੱਸਾ ਜਲਦੀ ਆ ਜਾਂਦਾ ਆ ਜਾਂਦਾ ਭਾਜੀ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਪਿਆਰਾ ਪਲ ਅੱਜ ਤੋਂ ਮੇਰੀ ਫਰਸਟ ਏਪ ਆਈ ਸੀ ਨਾ ਉਹ ਮੈਨੂੰ ਇਦਾਂ ਲੱਗਦਾ ਸੀ ਵੀ ਪਤਾ ਨਹੀਂ ਮੇਰੇ ਲਈ ਇੱਕ ਸੁਪਨੇ ਦੀ ਤਰ੍ਹਾਂ ਸੀ ਕਿ ਇੰਨੇ ਲੋਗ ਆ ਤੇ ਮੈਂ ਕਿਵੇਂ ਚੱਲ ਜਾਊਂਗਾ ਪਰ ਮੈਂ ਚੱਲ ਨਿਕਲਿਆ ਉਹ ਉਹ ਮੇਰਾ ਸਭ ਤੋਂ ਬੈਸਟ ਮੋਮੈਂਟ ਸੀਗਾ ਮੇਰੇ ਲਈ ਭਾਜੀ ਕੋਈ ਵੀ ਇੱਕ ਵਿਸ਼ ਜੋ ਹਜੇ ਤੱਕ ਪੂਰੀ ਹੋਣੀ ਬਾਕੀ ਹੈ ਮੈਂ ਲਤਾ ਜੀ ਦੇ ਦਰਸ਼ਨ ਕਰਨਾ ਚਾਹੁੰਨਾ ਰੁਬੂ ਉਹਨਾਂ ਦੇ ਕੋਲ ਬਹਿ ਕੇ ਉਹਨਾਂ ਨੂੰ ਉਹਨਾਂ ਨੂੰ ਨਮਸਕਾਰ ਕਰਨਾ ਚਾਹੁੰਨਾ ਉਹ ਅਜੇ ਪੂਰੀ ਨਹੀਂ ਹੋਈ ਭਾਜੀ ਇੱਕ ਵਰਡ ਦੇ ਵਿੱਚ ਆਪਣੀ ਸ਼ਖਸੀਅਤ ਨੂੰ ਤੁਸੀਂ ਡਿਸਕ੍ਰਾਈਬ ਕਰਨਾ ਹੋਵੇ ਤਾਂ ਕਿਹੜਾ ਹੋਏਗਾ ਜੀ ਉਹ ਵਰਡ ਸੰਜੀਦਗੀ ਕਿਆ ਬਾਤ ਹੈ ਜੀ ਥੈਂਕ ਯੂ ਸੋ ਮਚ ਪਾਰੀ ਕਿਕ ਫਾਇਰ ਰਾਉਂਡ ਸਾਡੇ ਨਾਲ ਖੇਡਣ ਵਾਸਤੇ ਬਹੁਤ ਕੁਝ ਪਤਾ ਲੱਗਿਆ ਸਾਨੂੰ ਤੁਹਾਡੇ ਬਾਰੇ ਤੇ ਹੁਣ ਮੈਂ ਜੀ ਖੇਡੂਗਾ ਤੁਹਾਡੇ ਨਾਲ ਰੈਪਿਡ ਫਾਇਰ ਰਾਉਂਡ ਇਸ ਦੇ ਵਿੱਚ ਤਾਂ ਤੁਹਾਨੂੰ ਇੱਕ ਲਾਈਨ ਦਿੱਤੀ ਗਈ ਸੀ ਯਾਨੀ ਕਿ ਤੁਸੀਂ ਇੱਕ ਲਾਈਨ ਦੇ ਵਿੱਚ ਇਸ ਦਾ ਆਨਸਰ ਦਿੱਤਾ ਪਰ ਹੁਣ ਸਿਰਫ ਠੀਕ ਸੀ ਪਾਰੀ ਕੋਈ ਗਾਲੀ ਹੁਣ ਤੁਸੀਂ ਸਿਰਫ ਇੱਕ ਵਰਡ ਬੋਲਣਾ ਓਕੇ ਠੀਕ ਹੈ ਜੀ ਤੇ ਪਹਿਲਾ ਕੁਐਸਚਨ ਹੈਗਾ ਜੀ ਕੰਤ ਕਲੇਰ ਸੰਜੀਦਾ ਮਦਨ ਜਲੰਦਰੀ ਵੱਡੇ ਭਰਾ ਆਰ ਪੀ ਰਾਣਾ ਜੀ ਗੁਰੂ ਜੀ ਇੱਕ ਸਾਹ ਇਕ ਸਾਇ ਹੁਣ ਤੇਰੀ ਨਿਗਾ ਬਦਲ ਗਈ ਨਹੀਂ ਬਦਲੀ ਕਰ ਮੰਦਰ ਪਰਿਵਾਰ ਮੇਰੀ ਜਿੰਦ ਜਾਨ ਸੈਡ ਸੰਗਸ ਮੇਰੀ ਰੂਹ ਸਾਡਾ ਪੰਜਾਬ ਸਭ ਤੋਂ ਸੋਹਣਾ ਪੀਟੀਸੀ ਪੰਜਾਬੀ ਆਪਣਾ ਚੈਨਲ ਕੀ ਬਾਤ ਹੈ ਜੀ ਬਾਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਇਹ ਕੁਇਕ ਫਾਇਰ ਰਾਉਂਡ ਤੇ ਰੈਪਿਡ ਫਾਇਰ ਰਾਉਂਡ ਖੇਡ ਕੇ ਬਹੁਤ ਵਧੀਆ ਗੱਲਾਂ ਸਾਨੂੰ ਸਾਨੂੰ ਮਿਲੀਆਂ ਜੀ ਬਹੁਤ ਵਧੀਆ ਵਧੀਆ ਗੱਲਾਂ ਤੁਸੀਂ ਸਾਡੇ ਨਾਲ ਕੀਤੀਆਂ ਆਪਣੀ ਲਾਈਫ ਦੇ ਬਾਰੇ ਆਪਣੀ ਜ਼ਿੰਦਗੀ ਦੇ ਬਾਰੇ ਸਿੰਗਿੰਗ ਕੈਰੀਅਰ ਦੇ ਬਾਰੇ ਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਮੈਨੂੰ ਸਿਰਫ ਮੈਨੂੰ ਨਹੀਂ ਬਲਕਿ ਜਿਹੜੇ ਈਵਿਊਜ਼ ਨੇ ਉਹਨਾਂ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਜੋ ਤੁਸੀਂ ਗੱਲਾਂ ਕੀਤੀਆਂ ਬਾਜੀ ਅਸੀਂ ਇਹੀ ਦੁਆ ਕਰਾਂਗੇ ਤੁਸੀਂ ਅੱਗੇ ਚੱਲ ਕੇ ਹੋਰ ਵਧੀਆ-ਵਧੀਆ ਗੀਤ ਲੈ ਕੇ ਆਂਦੇ ਰਹੋ ਲੋਕਾਂ ਨੂੰ ਇਸੇ ਤਰ੍ਹਾਂ ਤੁਸੀਂ ਐਂਟਰੇਨ ਕਰਦੇ ਰਹੋ ਲੋਕੀ ਤੁਹਾਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹਿਣ ਬਹੁਤ ਮਿਹਰਬਾਨੀ ਜੀ ਇੱਕ ਵਾਰੀ ਫੇਰ ਤੋਂ ਪੀਟੀਸੀ ਪੰਜਾਬੀ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਿ ਇਦਾਂ ਤੁਸੀਂ ਮੈਨੂੰ ਬੁਲਾਉਂਦੇ ਰਹਿੰਦੇ ਹੋ ਜਦੋਂ ਵੀ ਕੋਈ ਮੇਰੀ ਐਲਬਮ ਆਉਂਦੀ ਹੈ ਬਹੁਤ-ਬਹੁਤ ਧੰਨਵਾਦ ਮੇਰੇ ਸਰੋਤਿਆਂ ਨੂੰ ਮੈਨੂੰ ਮੁਖਾਤਬ ਕਰਾਉਣ ਲਈ ਰੂਬਰੂ ਕਰਾਉਣ ਲਈ